ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਆਪ ਜੀ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ, ਉਮੀਦ ਕਰਦੇ ਹਾਂ। ਗੁਰੂ ਸਾਹਿਬ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ, ਮਹਾਰਾਜ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ। ਵਾਹਿਗੁਰੂ ਜੀ, ਇਹ ਵੀਡੀਓ ਆਪ ਜੀ ਲਈ ਦੇਖਣੀ ਬਹੁਤ ਜ਼ਰੂਰੀ ਹੈ, ਕਿਉਂਕਿ ਇਹੋ ਜਿਹੀਆਂ ਖੇਡਾਂ ਜੋ ਕਾਲ ਖੇਡਦਾ, ਉਹਦੇ ਬਾਰੇ ਆਪਾਂ ਨੂੰ ਪਤਾ ਹੀ ਨਹੀਂ ਕਿ ਇਹਦਾ ਅਸਲ ਜਵਾਬ ਕੀ ਹੈ, ਅਸਲ ਸੱਚਾਈ ਕੀ ਹੈ। ਗੱਲ ਸ਼ੁਰੂ ਕਰਦੇ ਹਾਂ ਵਾਹਿਗੁਰੂ ਜੀ, ਸਿੱਧਾ ਆਪਾਂ ਮੁੱਦੇ 'ਤੇ ਆਈਏ, ਆਪ ਜੀ ਦਾ ਬਹੁਤਾ ਸਮਾਂ ਨਾ ਲਈਏ। ਵਾਹਿਗੁਰੂ ਜੀ, ਇੱਕ ਭੈਣ ਦਾ ਮੈਸੇਜ ਆਇਆ ਕਿ ਵਾਹਿਗੁਰੂ ਜੀ, ਮੈਂ ਅੰਮ੍ਰਿਤ ਛਕਣਾ ਚਾਹੁੰਦੀ ਹਾਂ ਅਤੇ ਮੇਰੀ ਜਿਹੜੀ ਫਰੈਂਡ ਹੈ ਉਹ ਮੈਨੂੰ ਟੋਂਟ ਮਾਰਦੀ ਹੈ ਕਿ ਜਿਹੜੀ ਆਪਣੇ ਧਰਮ ਦੀ ਨਹੀਂ ਹੋਈ ਉਹ ਗੁਰੂ ਦੀ ਕਿਵੇਂ ਹੋ ਜਾਏਗੀ, ਇੱਦਾਂ ਦੀ ਕੋਈ ਗੱਲ ਕੀਤੀ। ਅਤੇ ਫਿਰ ਉਹਨੇ ਨੀਚੇ ਲਿਖਿਆ ਕਿ ਮੈਂ ਹਿੰਦੂ ਪਰਿਵਾਰ ਤੋਂ ਹਾਂ, ਕੀ ਅਗਰ ਮੈਂ ਹਿੰਦੂ ਪਰਿਵਾਰ ਤੋਂ ਹਾਂ ਮੈਂ ਗੁਰੂ ਦੀ ਧੀ ਨਹੀਂ ਬਣ ਸਕਦੀ, ਕੀ ਮੈਨੂੰ ਮਹਾਰਾਜ ਅਸੈਪਟ ਨਹੀਂ ਕਰਨਗੇ? ਇਹ ਉਹਨਾਂ ਦਾ ਕੁਐਸਚਨ ਹੈ। ਆਓ ਵਾਹਿਗੁਰੂ ਜੀ, ਆਪਾਂ ਇਹਦੇ 'ਤੇ ਪੂਰਾ ਚਾਨਣਾ, ਮਹਾਰਾਜ ਬਖਸ਼ਣ, ਮਹਾਰਾਜ ਸੱਚ ਬੁਲਵਾਣ, ਜੋ ਗੱਲ ਰੀਅਲ 'ਚ ਹੈ ਜੋ ਆਪਾਂ ਭੁੱਲ ਜਾਂਦੇ ਹਾਂ, ਉਹ ਕੀ ਹੈ ਕਿ ਮਹਾਰਾਜ ਨੂੰ ਖਾਲਸਾ ਪੰਥ ਦੀ ਸਾਜਨਾ ਕਰਨੀ ਕਿਉਂ ਪਈ? ਗੁਰੂ ਸਾਹਿਬ ਨੂੰ ਪਹਿਲੀ ਗੱਲ ਤਾਂ ਇੱਧਰ ਚੱਲੀ ਵੀ ਗੁਰੂ ਸਾਹਿਬ ਨੂੰ ਆਉਣਾ ਕਿਉਂ ਪਿਆ ਇਸ ਧਰਤੀ 'ਤੇ, ਕਿਉਂਕਿ ਪਹਿਲਾਂ ਪਖੰਡ ਸੀ ਸੱਤ ਵਜਾ ਜਿਹਦੀ ਉਹ ਗੱਲ ਕਰ ਰਹੇ ਨੇ ਵੀ ਆਹ ਧਰਮ ਛੱਡ ਕੇ ਉੱਧਰ ਜਾਓਗੇ ਅਤੇ ਗੁਰੂ ਸਾਹਿਬ ਅਸੈਪਟ ਨਹੀਂ ਕਰਨਗੇ, ਤਾਂ ਫਿਰ ਗੁਰੂ ਸਾਹਿਬ ਜੀ ਨੂੰ ਬਣਾਉਣ ਦੀ ਲੋੜ ਹੀ ਕੀ ਸੀ? ਜੇ ਸਭ ਕੁਝ ਸਹੀ ਚੱਲ ਰਿਹਾ ਹੁੰਦਾ ਤਾਂ ਮਹਾਰਾਜ ਆਉਂਦੇ ਹੀ ਨਾ। ਸੱਤ ਵਜਾ ਮਹਾਰਾਜ ਨੇ ਇਹ ਬਚਨ ਕਹੇ ਨੇ। ਮਹਾਰਾਜ ਕਹਿੰਦੇ ਵੀ ਜੋ ਪਖੰਡ ਸੀ, ਜੋ ਵਾਹਿਗੁਰੂ ਜੀ ਔਰਤਾਂ ਨਾਲ ਮਾੜਾ ਕੀਤਾ ਜਾ ਰਿਹਾ ਸੀ, ਹੋਰ ਕਿੰਨੀਆਂ ਗੱਲਾਂ ਕਿ ਪਾਪ ਹੋ ਰਹੇ ਸਹੀ, ਵੀ ਇੱਕ ਰਾਜ ਭਾਗ ਲੈਣ ਲਈ ਇੱਕ ਇੱਕ ਧਰਮ ਦੂਜੇ ਧਰਮ ਦੇ ਉੱਤੇ ਕਿੰਨਾ ਪਾਪ ਕਰਦਾ ਸੀ, ਦਬਾਇਆ ਜਾਂਦਾ ਸੀ, ਮਾਰਿਆ ਜਾਂਦਾ ਸੀ, ਧਰਮ ਤਬਦੀਲ ਕਰਨ ਲਈ ਕਿਹਾ ਜਾਂਦਾ ਸੀ, ਤਾਂ ਮਹਾਰਾਜ ਨੂੰ ਆਉਣਾ ਪਿਆ। ਮਹਾਰਾਜ ਨੇ ਆ ਕੇ ਖਾਲਸਾ ਪੰਥ ਦੀ ਸਾਜਨਾ ਕੀਤੀ। ਖਾਲਸਾ ਪੰਥ ਕੌਣ ਹੈ, ਉਹ ਕੀ ਹੈ, ਇਹ ਆਪਾਂ ਨੂੰ ਪਤਾ ਹੈ ਸਾਰਿਆਂ ਨੂੰ ਵੀ ਉਹ ਹੈ ਜਿਹੜਾ ਕਦੀ ਕਿਸੇ 'ਚ ਭੇਦਭਾਵ ਨਹੀਂ ਕਰਦਾ, ਜਿਹੜਾ ਕਰਦਾ ਉਹ ਖਾਲਸਾ ਨਹੀਂ। ਸੱਤ ਬਚਾ ਜ਼ਰੂਰੀ ਨਹੀਂ ਬਾਣਾ ਧਾਰਿਆ ਹੋਇਆ ਅਤੇ ਉਹ ਖਾਲਸਾ ਹੀ ਹੋਊਗਾ, ਨਹੀਂ ਵਾਹਿਗੁਰੂ ਜੀ, ਜੇ ਉਹ ਭੇਦਭਾਵ ਕਰ ਰਿਹਾ ਉਹ ਖਾਲਸਾ ਨਹੀਂ, ਜੇ ਕਿਸੇ ਨੂੰ ਊਚ ਨੀਚ ਕਰ ਰਿਹਾ ਉਹ ਗੁਰੂ ਦੇ ਬਚਨਾਂ 'ਤੇ ਨਹੀਂ ਹੈਗਾ, ਕਿਉਂਕਿ ਮਹਾਰਾਜ ਨੇ ਸਾਰਿਆਂ ਨੂੰ ਇੱਕ ਨਜ਼ਰ 'ਚ ਇਕੱਠੇ ਕਰ ਲਿਆ ਸੀ। ਅਤੇ ਮਹਾਰਾਜ ਤਾਂ ਵਾਹਿਗੁਰੂ ਜੀ ਉਹ ਨੇ ਜਿਨ੍ਹਾਂ ਨੇ ਆਪਣਾ ਸਭ ਕੁਛ ਵਾਰ ਕੇ ਉਸ ਖਾਲਸੇ ਦੇ ਹੱਥ 'ਚ ਦੇ ਦਿੱਤਾ, ਅਤੇ ਫਿਰ ਉਹ ਫਰਕ ਕਰ ਸਕਦੇ ਆ। ਹੁਣ ਗੱਲ ਆ ਗਈ ਜਿਹੜੀ ਉਸ ਭੈਣ ਨੇ ਇਹ ਕਿਹਾ ਕਿ ਮੈਂ ਅਗਰ ਗੁਰੂ ਦੀ ਧੀ ਬਣਨਾ ਚਾਹਵਾਂ ਤਾਂ ਮਹਾਰਾਜ ਅਸੈਪਟ ਕਰਨਗੇ? ਵਾਹਿਗੁਰੂ ਜੀ ਮਹਾਰਾਜ ਬਹੁਤ ਖੁਸ਼ ਹੋ ਕੇ ਅਸੈਪਟ ਕਰਨਗੇ ਕਿ ਉਹਨੂੰ ਵੀ ਸਮਾਤਾ ਆ ਗਈ, ਗੁਰੂ ਸਾਹਿਬ ਨੇ ਸਮਾਤ ਬਖਸ਼ੀ ਹੈ ਅਤੇ ਉਹਦੇ ਮਨ 'ਚ ਆਇਆ ਕਿ ਮੈਂ ਅੰਮ੍ਰਿਤਧਾਰੀ ਹੋਣਾ, ਮੈਂ ਗੁਰੂ ਦੀ ਧੀ ਸੱਜਣਾ ਹੈ ਨਾ, ਬਾਣੇ ਚਾਣਾ, ਸ਼ਸਤਰਧਾਰੀ ਹੋਣਾ, ਕਿਉਂਕਿ ਵਾਹਿਗੁਰੂ ਜੀ ਅਸਲੀ ਧਰਮ ਹੈ ਨਾਮ ਜਪਣਾ, ਸਾਡਾ ਅਸਲੀ ਕਰਮ ਹੈ ਨਾਮ ਜਪਣਾ। ਅਤੇ ਵਾਹਿਗੁਰੂ ਜੀ ਜੇ ਪਹਿਲਾਂ ਨਾਮ ਹੀ ਜਪਦੇ ਹੁੰਦੇ ਉਸ ਅਕਾਲ ਪੁਰਖ ਨੂੰ ਜਾਣਦੇ ਹੁੰਦੇ ਨਾ, ਤਾਂ ਮਹਾਰਾਜ ਨੂੰ ਇਹ ਗੱਲ ਕਹਿਣੀ ਨਾ ਪੈਂਦੀ ਕਿ ਤੁਸੀਂ ਤਾਂ ਰਿੱਧੀਆਂ ਸਿੱਧੀਆਂ 'ਚ ਫਸੇ ਹੋਏ ਹੋ, ਤੁਸੀਂ ਤਾਂ ਪੁੱਠੇ ਲਟਕ ਕੇ ਬੰਦਗੀ ਕਰ ਰਹੇ ਹੋ, ਕਦੀ ਅੱਗ ਦੇ ਵਿੱਚ ਬੈਠ ਕੇ ਬੰਦਗੀ ਕਰ ਰਹੇ ਹੋ, ਕਦੀ ਠੰਡੇ ਪਾਣੀ 'ਚ ਵੜ ਕੇ, ਕਦੀ ਜੰਗਲ 'ਚ ਜਾ ਕੇ। ਮਹਾਰਾਜ ਕਹਿੰਦੇ ਗੱਲ ਤਾਂ ਅੰਦਰ ਦੀ ਹੈ, ਬਾਹਰ ਦੀ ਤਾਂ ਹੈ ਹੀ ਨਹੀਂ। ਤਾਂ ਮਹਾਰਾਜ ਨੇ ਉਸ ਅਕਾਲ ਪੁਰਖ ਦੀ ਹਸਤੀ ਸਾਨੂੰ ਸਮਝਾਈ ਹੈ, ਜਿਹੜੀ ਵਾਹਿਗੁਰੂ ਜੀ ਉਸ ਟਾਈਮ 'ਤੇ ਕੋਈ ਗੱਲ ਨਹੀਂ ਕਰਦਾ ਸੀ, ਸਾਰੇ ਦੇਵੀ ਦੇਵਤਾ ਤੱਕ ਹੀ ਸੀਮਤ ਸੀ। ਜੇ ਕੋਈ ਕਹਿੰਦਾ ਸੀ ਉਹ ਦੇਵਤਾ ਸਭ ਤੋਂ ਵੱਡਾ, ਅਗਨੀ ਦੇਵਤਾ ਵੱਡਾ, ਇੰਦਰ ਦੇਵਤਾ ਵੱਡਾ, ਤਾਂ ਮਹਾਰਾਜ ਨੇ ਆ ਕੇ ਦੱਸਿਆ ਵੀ ਇਹਨਾਂ ਨੂੰ ਕਿੰਨੇ ਬਣਾਇਆ, ਉਹਦੀ ਗੱਲ ਕੌਣ ਕਰੂਗਾ? ਤਾਂ ਉਹ ਸੱਚ ਪ੍ਰਗਟ ਕੀਤਾ ਗੁਰੂ ਪਿਤਾ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ, ਅਤੇ ਵਾਹਿਗੁਰੂ ਜੀ ਤਾਂ ਇਹ ਸਾਰੀ ਖੇਡ ਮਹਾਰਾਜ ਨੇ ਪ੍ਰਗਟ ਕਰਕੇ ਸਾਡੇ ਅੱਗੇ ਪਰੋਸਤੀ ਕਿ ਆਹ ਸੱਚ ਹੈ, ਹੁਣ ਤੁਸੀਂ ਡਿਸਾਈਡ ਕਰੋ। ਹੁਣ ਵਾਹਿਗੁਰੂ ਜੀ ਮਹਾਰਾਜ ਨੇ ਹੁਕਮ ਕੀ ਕੀਤਾ ਖਾਲਸਾ ਪੰਥ ਨੂੰ ਵੀ ਤੁਸੀਂ ਬੰਦਗੀ ਕਰਨੀ ਹੈ ਉਸ ਅਕਾਲ ਪੁਰਖ ਦੀ, ਨਾ ਕਿ ਕਿਸੇ ਮੂਰਤੀ ਦੀ, ਨਾ ਵਾਹਿਗੁਰੂ ਜੀ ਕਿਸੇ ਬਾਬੇ ਦੀ, ਅਤੇ ਨਾ ਕਿਸੇ ਸਰੀਰ ਨਾਲ ਜੁੜਨਾ, ਨਾ ਕੋਈ ਫੋਟੋ ਨਾਲ ਜੁੜਨਾ, ਕਿਸੇ ਨਾਲ ਨਹੀਂ ਜੁੜਨਾ। ਵਾਹਿਗੁਰੂ ਜੀ ਉਸ ਅਕਾਲ ਪੁਰਖ ਨੂੰ ਪੂਜਾਂਗੇ ਨਾ, ਤਾਂ ਉਹਦੀ ਬਣਾਈ ਸਾਰੀ ਸ੍ਰਿਸ਼ਟੀ ਦੀ ਪੂਜਾ ਆਪਣੇ ਆਪ ਹੀ ਹੋ ਜਾਂਦੀ ਹੈ, ਕਿਉਂਕਿ ਉਹਨੇ ਹੀ ਤਾਂ ਬਣਾਇਆ।
ਜੇ ਆਪਾਂ ਉਹਨੂੰ ਸਮਝ ਗਏ, ਉਹਨੂੰ ਪੁੱਜਾਂਗੇ, ਤਾਂ ਆਪਾਂ ਇੱਥੇ ਕਦੀ ਕਿਸੇ ਚੀਜ਼ ਦਾ ਨੁਕਸਾਨ ਨਹੀਂ ਕਰਾਂਗੇ, ਕਿਉਂਕਿ ਉਹ ਕਣ-ਕਣ 'ਚ ਹੈ। ਠੀਕ ਹੈ ਵਾਹਿਗੁਰੂ ਜੀ। ਅਤੇ ਜੇ ਉਸ ਧੀ ਨੂੰ ਕੋਈ ਇਹ ਕਹਿ ਰਿਹਾ ਕਿ ਤੂੰ ਉੱਧਰ ਜਾ ਰਹੀ ਹੈ, ਤੂੰ ਆਪਣੇ ਧਰਮ ਦੀ ਨਹੀਂ ਹੋਈ, ਉਹਨਾਂ ਦੀ ਕਿਵੇਂ ਹੋ ਜਾਏਗੀ, ਕਿਸੇ ਦੀ ਕਿਵੇਂ ਹੋ ਜਾਏਗੀ, ਤਾਂ ਵਾਹਿਗੁਰੂ ਜੀ ਉਹ ਮਨਮਤ ਵਿੱਚ ਨੇ। ਠੀਕ ਹੈ, ਆਪਾਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਧਰਮ ਬਦਲ ਕੇ ਇੱਧਰ ਆਓ ਜਾਂ ਨਾ ਆਓ, ਉਹ ਤੁਹਾਡੀ ਇੱਛਾ, ਧਰਮ ਦੀ ਇੱਥੇ ਗੱਲ ਹੀ ਨਹੀਂ ਹੈਗੀ। ਗੱਲ ਹੈ ਉਸ ਅਕਾਲ ਪੁਰਖ ਨਾਲ ਜੋੜਿਆ ਹੈ ਮਹਾਰਾਜ ਨੇ, ਜੇ ਜੁੜ ਗਏ ਤਾਂ ਸੱਚਖੰਡ ਦੇ ਵਾਸੀ ਹੋ ਸਕਦੇ ਹਾਂ। ਜਦੋਂ ਆਪਾਂ ਵਾਹਿਗੁਰੂ ਜੀ ਰਹੀ ਮੂਰਤੀ ਤੱਕ ਗਏ, ਜਦੋਂ ਅਸੀਂ ਰਹੀ ਇੱਕ ਇਮਾਰਤ ਤੱਕ ਗਏ, ਤਾਂ ਵਾਹਿਗੁਰੂ ਜੀ ਫਿਰ ਤਾਂ ਅਸੀਂ ਫਸੇ ਰਵਾਂਗੇ। ਦੇਖੋ ਵਹੀ ਵਾਲੀ ਗੱਲ ਆ ਗਈ ਵਾਹਿਗੁਰੂ ਜੀ, ਇਹਨਾਂ ਨੂੰ ਅਗਰ ਪਹਿਲੇ ਹੀ ਸਮਝ ਆ ਚੁੱਕੀ ਹੁੰਦੀ ਤਾਂ ਇਹ ਧਰਮਾਂ ਵਿੱਚ ਫਸਦੇ ਹੀ ਨਹੀਂ। ਧਰਮ ਤੋਂ ਕਾਲ ਨੇ ਬਣਾ ਕੇ ਹਾਂ ਪ੍ਰਗਟ ਕੀਤਾ, ਮਤਲਬ ਕੀਤਾ ਪਿਤਾ ਜੀ ਕੇ ਹੁਕਮ ਵਿੱਚ ਹੈ ਵਾਹਿਗੁਰੂ ਜੀ, ਅਕਾਲ ਪੁਰਖ ਜੀ ਦੇ, ਬਟ ਪਿਤਾ ਜੀ ਨੇ ਇੱਕ ਜਾਲ ਵਿਛਾਇਆ। ਠੀਕ ਹੈ, ਇਹ ਕੱਚੀ ਬਾਣੀ ਹੈ ਵਾਹਿਗੁਰੂ ਜੀ, ਇਹ ਹਿੰਦੂ ਸਿੱਖ ਈਸਾਈ ਇਹ ਸਭ ਕੱਚੀ ਬਾਣੀ ਹੈ, ਅਸਲੀ ਚੀਜ਼ ਸੱਚੀ ਬਾਣੀ ਤੋਂ ਕੋਈ ਕੋਈ ਗੱਲ ਹੀ ਨਹੀਂ ਗੱਲ ਹੀ ਨਹੀਂ ਕਰਦਾ। ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਵੀ ਹੈ, ਫਿਰ ਨਹੀਂ ਅਸੀਂ ਸਮਝਦੇ। ਠੀਕ ਹੈ, ਤੇ ਵਾਹਿਗੁਰੂ ਜਿਹੜੇ ਬੋਲਦੇ ਆ ਨਾ, ਅਰੇ ਜੋ ਆਪਣੇ ਧਰਮ ਕਾ ਨਹੀਂ ਹੁਆ ਉਹ ਕਿਸੇ ਹੋਰ, ਅਰੇ ਵਾਹਿਗੁਰੂ ਜੀ ਧਰਮ ਤੋਂ ਉਸ ਸਿਰਫ ਇਹ ਕੀ ਹੈ, ਉਹਦਾ ਨਾਮ ਉਹ ਖੁਦ ਹੀ ਹੈ। ਠੀਕ ਹੈ, ਮੈਨੂੰ ਇੱਕ ਚੀਜ਼ ਦੱਸੋ, ਚਲੋ ਇਸ ਜਿਹੜੀ ਭੈਣ ਹਿੰਦੂ ਪਰਿਵਾਰ ਦੀ ਹੈ, ਜਿਸਨੇ ਉਸਕੀ ਫਰੈਂਡ ਨੇ ਉਸਕੋ ਬੋਲਾ, ਉਸਕੀ ਫਰੈਂਡ ਵਾਹਿਗੁਰੂ ਜੀ ਤੁਸੀਂ ਉਸ ਇਹ ਪੁੱਛਣਾ, ਫਿਰ ਜਿਹੜੇ ਹਿੰਦੂ ਧਰਮ ਵਿੱਚ ਆ ਜਾਂਦੇ ਆ ਤੁਹਾਡੇ ਅਕੋਰਡਿੰਗ, ਮਤਲਬ ਫਿਰ ਤਾਂ ਉਹ ਆਪਣੇ ਧਰਮ ਕੇ ਨਹੀਂ ਰਹੇ ਹੋਗੇ, ਤਾਂ ਫਿਰ ਤੁਹਾਰੇ ਕੈਸੇ ਹੋਗੇ, ਤੁਮ ਤਾਂ ਇਤਨੇ ਖੁਸ਼ ਹੋਤੇ ਉਨਕੀ ਵੀਡੀਓ ਡਾਲਤੇ ਹੋ। ਅੰਗਰੇਜ਼ ਜਦੋਂ ਹਿੰਦੂ ਬਣਦੇ ਆ ਜਾਂ ਅੰਗਰੇਜ਼ ਜਦੋਂ ਟਿੱਕਾ ਲਾ ਕੇ ਕੁਛ ਉਹਨਾਂ ਦਾ ਪਹਿਨਾਵਾ ਪਾ ਕੇ ਆਉਂਦੇ ਆ, ਤੇ ਕਹਿਣਗੇ ਦੇਖੋ ਜੀ ਨਹੀਂ ਨਹੀਂ, ਫਿਰ ਕਹਿੰਦੇ ਆ ਵੀ ਆਹ ਦੇਖੋ ਜੀ ਸਾਡਾ ਧਰਮ ਕਿੰਨਾ ਵੱਧ ਫੁੱਲ ਰਿਹਾ। ਉਹਨਾਂ ਨੂੰ ਵੀ ਫਿਰ ਸੱਚ ਦੱਸੋ ਨਾ ਵੀ ਤੁਸੀਂ ਆਪਣਾ ਜੀਜ਼ਸ ਵਾਲਾ ਧਰਮ ਛੱਡ ਕੇ, ਕ੍ਰਿਸਚਨ ਧਰਮ ਛੱਡ ਕੇ ਇੱਧਰ ਨਾ ਆਓ, ਤੁਸੀਂ ਆਪਾਂ ਤੁਹਾਨੂੰ ਅਸੈਪਟ ਨਹੀਂ ਕਰਾਂਗੇ, ਅਤੇ ਸਾਡਾ ਰੱਬ ਵੀ ਤੁਹਾਨੂੰ ਅਸੈਪਟ ਨਹੀਂ ਕਰੇਗਾ, ਭਗਵਾਨ ਅਸੈਪਟ ਨਹੀਂ ਕਰੇ, ਉਦੋਂ ਤਾਂ ਤੁਸੀਂ ਕਹਿੰਦੇ ਹੋ ਵੀ ਸਾਡੀ ਆਬਾਦੀ ਵੱਧ ਰਹੀ ਹੈ। ਵਾਹਿਗੁਰੂ ਜੀ ਇਹ ਇਹਨਾਂ ਦੀ ਸੋਚ ਹੈ, ਮਹਾਰਾਜ ਦੀ ਥੋੜੀ ਹੈ। ਵਾਹਿਗੁਰੂ ਜੀ ਇਹਨਾਂ ਦੇ ਵਾਹਿਗੁਰੂ ਜੀ ਦੇਵੀ ਦੇਵਤਾਓਂ ਸੇ ਪੁੱਛ ਲਓ, ਦੇਵੀ ਦੇਵਤਾ ਉਨਕਾ ਤਾਂ ਕੋਈ ਧਰਮ ਹੀ ਨਹੀਂ ਹੈ, ਉਹ ਤਾਂ ਕਹਿੰਦੇ ਹਿੰਦੂ ਧਰਮ ਤਾਂ ਹੈ ਹੀ ਨਹੀਂ। ਹਿੰਦੂ ਜਿਹੜਾ ਸ਼ਬਦ ਹੈ ਵਾਹਿਗੁਰੂ ਜੀ ਉਹ ਇਨਸਾਨ ਨੇ ਬਹੁਤ ਬਾਅਦ 'ਚ ਉਹਨੂੰ ਬਣਾਇਆ। ਠੀਕ ਹੈ, ਉਹ ਕਿੱਦਾਂ ਬਣੇ ਆਪਾਂ ਉਹਦੇ 'ਤੇ ਕਦੀ ਫਿਰ ਗੱਲ ਕਰ ਲਾਂਗੇ। ਸਤ ਬਚਨ ਅਤੇ ਵਾਹਿਗੁਰੂ ਜੀ ਇਹ ਜਿਹੜੇ ਨਾਮ ਹੈ ਨਾ ਹਿੰਦੂ ਮੁਸਲਮਾਨ, ਵਾਹਿਗੁਰੂ ਜੀ ਹੁਣ ਮੁਸਲਮ ਵੀਰ ਨੇ ਉਹਨਾਂ ਨੂੰ ਅੱਲਾਹ ਦਾ ਹੁਕਮ ਹੈ ਕਿ ਉਹ ਅੱਲਾਹ ਨੂੰ ਪੂਜਦੇ ਨੇ, ਅੱਲਾਹ ਕੌਣ ਹੈ? ਅਕਾਲ ਪੁਰਖ ਹੈ। ਅਤੇ ਜੇ ਹਿੰਦੂਇਜ਼ਮ ਦੇ ਵਿੱਚ ਵੀ ਭਗਵਾਨ ਨੂੰ ਪੂਜ ਰਹੇ ਨੇ ਉਹ ਵੀ ਅਕਾਲ ਪੁਰਖ, ਆਪਾਂ ਵਾਹਿਗੁਰੂ ਨੂੰ ਪੂਜ ਰਹੇ ਉਹ ਵੀ ਅਕਾਲ ਪੁਰਖ। ਤੇ ਵਾਹਿਗੁਰੂ ਜੀ ਮੈਂ ਵਹੀ ਚੀਜ਼ ਕਹਿਣਾ ਚਾਹ ਰਹੀ ਹਾਂ, ਤੁਸੀਂ ਵਾਹਿਗੁਰੂ ਜੀ ਇਤਨੀ ਆਪਣੀ ਅਵਸਥਾ ਬਣਾਓ ਨਾ, ਸਿੱਧਾ ਮਹਾਦੇਵ ਸੇ ਗੱਲਬਾਤ ਕਰੋ। ਬਿਲਕੁਲ ਸਹੀ ਗੱਲ, ਉਹ ਤੁਹਾਨੂੰ ਰਿਐਲਿਟੀ ਦੱਸ ਦੇਣਗੇ। ਉਹ ਤਾਂ ਨਾ ਉਹ ਹਿੰਦੂ, ਉਹ ਤਾਂ ਸਭ ਦੇ ਸੀ ਨਾ, ਉਹ ਖਾਲੀ ਹਿੰਦੂਆਂ ਕੇ ਥੋੜਾ ਨਾ ਸੀ, ਉਹ ਤਾਂ ਉਹ ਉਹਨਾਂ ਨੂੰ ਐਕਸੈਪਟ ਕਰਨਗੇ ਅਗਰ ਵਾਹਿਗੁਰੂ ਜੀ ਜਿਨ੍ਹਾਂ ਦੇ ਅੰਦਰ ਜਿਹੜੇ ਮਹਾਦੇਵ ਨੂੰ ਬਹੁਤ ਦਿਲੋਂ ਚਾਹੁੰਦੇ ਨੇ, ਉਹਨਾਂ ਦੇ ਬਹੁਤ ਪਿਆਰੇ ਭਗਤ ਨੇ, ਤੂੰ ਮਹਾਦੇਵ ਕੇ ਗੁਣ ਬਣਾਓ ਨਾ। ਫਿਰ ਮਹਾਦੇਵ ਤੋਂ ਨਹੀਂ ਐਸੇ ਭੇਦ ਕਿ ਤੂੰ ਹਿੰਦੂ ਹੈ ਜਾਂ ਨਹੀਂ, ਤੂੰ ਸਿੱਖ ਹੈ, ਉਹ ਮਹਾਦੇਵ ਤੋਂ ਨਹੀਂ ਐਸੇ ਕਰਦੇ ਵਾਹਿਗੁਰੂ। ਚੱਲੋ ਫਿਰ ਉਹੀ ਗੱਲ ਉੱਥੇ ਆ ਗਈ ਕਿ ਮਹਾਰਾਜ ਇੱਕ ਨਾ ਬੜਾ ਸੋਹਣਾ ਕਿਸੇ ਨੇ ਸਵਾਲ ਪੁੱਛਿਆ, ਕਹਿੰਦੇ ਵਾਹਿਗੁਰੂ ਜੀ ਪਹਿਲਾਂ ਹੀ ਇੱਦਾਂ ਹੋ ਰਿਹਾ ਸੀ, ਉੱਦਾਂ ਹੋ ਰਿਹਾ ਸੀ, ਕ੍ਰਿਸਚੈਨਿਟੀ ਸੀ, ਮੁਸਲਿਮ ਭਾਈਚਾਰਾ ਸੀ, ਹਿੰਦੂ ਭਾਈਚਾਰਾ ਸੀ, ਵੀ ਇਹ ਬੜੀ ਸੋਹਣੀ ਇੱਕ ਡਿਬੇਟ ਹੋ ਸਕਦੀ ਇਹਦੇ 'ਤੇ, ਚਲੋ ਬਹੁਤ ਖੁੱਲ੍ਹ ਕੇ ਗੱਲ ਹੋ ਸਕਦੀ ਹੈ, ਪਰ ਸਮਝ ਆਵੇ ਤਾਂ ਨਾ ਵੀ ਫਿਰ ਮਹਾਰਾਜ ਨੂੰ ਇਹ ਪੰਥ ਕਿਉਂ ਪ੍ਰਗਟ ਕਰਨਾ ਪਿਆ, ਖਾਲਸਾ ਪੰਥ। ਤਾਂ ਵਾਹਿਗੁਰੂ ਜੀ ਦਾਸ ਨੇ ਇਹ ਕਿਹਾ ਕਿ ਜੇ ਸਭ ਕੁਛ ਸਹੀ ਹੋਵੇ ਨਾ ਤਾਂ ਵਾਹਿਗੁਰੂ ਜੀ ਕੋਈ ਚੇਂਜ ਕਰਨ ਦੀ ਲੋੜ ਨਹੀਂ ਪੈਣੀ ਸੀ ਜਾਂ ਕੁਛ ਹੋਰ ਕਰਨ ਦੀ ਲੋੜ ਨਹੀਂ ਪੈਣੀ। ਮਹਾਰਾਜ ਨੇ ਕਹਿਣਾ ਸੀ ਸਭ ਵਧੀਆ ਚੱਲਦਾ ਪਿਆ, ਮੇਰੇ ਨਾਲ ਜੁੜਦੇ ਪਏ ਨੇ ਅਕਾਲ ਪੁਰਖ ਨਾਲ, ਗੱਲ ਖਤਮ।
ਜਦੋਂ ਮਹਾਰਾਜ ਨੇ ਦੇਖ ਹੀ ਲਿਆ ਵੀ ਇਹ ਮੂਰਤੀਆਂ 'ਚ ਫਸ ਗਏ, ਇਹ ਕੋਈ ਪੇੜ ਨੂੰ ਪੂਜ ਰਿਹਾ, ਕੋਈ ਵਾਹਿਗੁਰੂ ਜੀ ਗਾਂ, ਕੋਈ ਵਾਹਿਗੁਰੂ ਜੀ ਹੋਰ ਜਾਨਵਰ, ਕੋਈ ਪਾਣੀ ਨੂੰ ਹੀ ਪੂਜੀ ਜਾਂਦਾ, ਕੁੱਤੇ ਨੂੰ ਵੀ ਪੂਜਦਾ। ਉਹੀ ਮਹਾਰਾਜ ਨੇ ਆ ਕੇ ਕੀ ਕਿਹਾ ਗੁਰੂ ਨਾਨਕ ਸਾਹਿਬ ਨੇ ਵੀ ਆਓ, ਜਦੋਂ ਜਲ ਦਿੱਤਾ ਸੀ ਹਰਿਦੁਆਰ ਦੀ ਗੱਲ ਹੈ ਨਾ, ਪਤਾ ਨਹੀਂ ਕਿੱਥੇ ਦੀ ਗੱਲ। ਹਾਂਜੀ ਜਾਂ ਪਰ ਉਹ ਕਹਿ ਰਹੇ ਕਿ ਉਹ ਕਹਿ ਰਹੇ ਸੀ ਕਿ ਮੈਂ ਆਪਣੇ ਖੇਤਾਂ ਨੂੰ ਦੇ ਰਿਹਾ, ਉਹ ਕਹਿ ਰਹੇ ਬ੍ਰਾਹਮਣ ਨਾ ਕਿਸੇ ਕੇ ਉਹ ਕਰਾ ਰਹੇ ਸੀ ਸ਼ਰਾਧ ਕੇ ਕਿ ਹਮਾਰੇ ਉਹ ਬਜ਼ੁਰਗਾਂ ਨੂੰ ਚਾਹੀਏ। ਪਿਤਾ ਜੀ ਕਹਿੰਦੇ ਕਿ ਕਾਂ ਹੈ, ਕਹਿੰਦੇ ਉਹ ਤਾਂ ਮਰ ਗਿਆ ਨਾ, ਉਹ ਤਾਂ ਹੈ ਨਹੀਂ, ਕਹਿੰਦੇ ਫਿਰ ਪਿਤਾ ਜੀ ਉਧਰ ਤਰਫ ਦੇ ਰਹੇ ਸੀ ਪਾਣੀ, ਕਹਿੰਦੇ ਤੁਸੀਂ ਮਤਲਬ ਕਿਹਨੂੰ ਦੇ ਰਹੇ, ਕਹਿੰਦੇ ਆਪਣੇ ਖੇਤਾਂ ਨੂੰ, ਅਗਰ ਤੁਹਾਡੇ ਕਹਿੰਦੇ ਮੇਰੇ ਹਮਾਰੇ ਖੇਤ ਤੋਂ ਫਿਰ ਵੀ ਪਾਸ ਨੇ, ਅਗਰ ਉਹ ਉਧਰ ਜਾ ਸਕਦਾ ਹੈ ਖਾਣਾ ਤਾਂ ਪਾਣੀ ਵੀ ਚਲਾ ਜਾਊਗਾ। ਉਹੀ ਗੱਲ ਹੈ ਨਾ ਵਾਹਿਗੁਰੂ ਜੀ ਮਹਾਰਾਜ ਨੇ ਆਉਂਦਿਆਂ ਸ਼ੁਰੂਆਤ ਦੇਖੋ ਕਿੱਥੋਂ ਕੀਤੀ, ਪਖੰਡ ਨੂੰ ਤੋੜਨ ਦੀ ਸ਼ੁਰੂਆਤ ਕੀਤੀ, ਕਿਉਂਕਿ ਵਾਹਿਗੁਰੂ ਜੀ ਮਹਾਰਾਜ ਇਹ ਚਾਹੁੰਦੇ ਨੇ ਵੀ ਕੋਈ ਵੀ ਬੱਚਾ ਇਹਨਾਂ ਚੀਜ਼ਾਂ 'ਚ ਨਾ ਫਸੇ, ਕਿਉਂਕਿ ਇਹ ਜਿਹੜਾ 84 ਲੱਖ ਜੂਨੀ ਦਾ ਚੱਕਰ ਹੈ ਨਾ, ਇਹਦੇ 'ਚੋਂ ਤਾਂ ਹੀ ਨਿਕਲਿਆ ਨਹੀਂ ਜਾ ਸਕਦਾ ਜਦੋਂ ਤੱਕ ਅਸੀਂ ਸੱਚ ਨੂੰ ਹੀ ਨਹੀਂ ਪਛਾਣਾਂਗੇ ਕਿ ਅਸੀਂ ਆਏ ਕਿਸ ਘਰ ਤੋਂ ਹਾਂ, ਅਸੀਂ ਅੰਸ਼ ਕਿਹਦੇ ਹਾਂ, ਸਾਡਾ ਜਿਹੜਾ ਮਨ ਹੈ ਉਹ ਕਿਹਦਾ ਬੱਚਾ ਹੈ, ਅਕਾਲ ਪੁਰਖ ਦਾ ਬੱਚਾ ਹੈ, ਉਹਦਾ ਅੰਸ਼ ਹੈ। ਅਤੇ ਉਹ ਹੁਣ ਵਾਹਿਗੁਰੂ ਜੀ ਚਲੋ ਇੱਦਾਂ ਦੱਸੋ ਇੱਕ ਗੱਲ ਦੱਸੋ, ਸਵੇਰੇ ਬੱਚਾ ਸਕੂਲੋਂ ਗਿਆ, 8 ਘੰਟੇ 10 ਘੰਟੇ 12 ਘੰਟੇ ਲਈ ਬੱਚਾ ਬਾਹਰ ਗਿਆ, ਫਿਰ ਉਹਨੇ ਟਿਊਸ਼ਨ ਜਾਣਾ ਸਕੂਲ ਤੋਂ ਬਾਅਦ, ਠੀਕ ਹੈ, ਜਾਂ ਇੰਝ ਕਹਿ ਲਓ ਜਿਹੜੇ ਹੋਸਟਲ 'ਚ ਪੜ੍ਹਦੇ ਆ ਕੁਛ ਮਹੀਨਿਆਂ ਲਈ ਬੱਚਾ ਘਰੋਂ ਬਾਹਰ ਹੁੰਦਾ। ਹੁਣ ਉਸ ਬੱਚੇ ਨੇ ਘਰ ਆਉਣਾ, ਪਿਓ ਉਡੀਕਦਾ ਪਿਆ, ਮਾਂ ਉਡੀਕਦੀ ਪਈ ਵੀ ਬੱਚਾ ਘਰ ਆਏਗਾ, ਉਹ ਭੁੱਲ ਗਿਆ ਵੀ ਮੇਰਾ ਘਰ ਕਿੱਥੇ। ਉਹ ਸਕੂਲ ਤੱਕ ਤਾਂ ਉਹਨੂੰ ਯਾਦ ਹੈ ਵੀ ਮੈਂ ਆਇਆ ਸੀ, ਪਰ ਇਹ ਨਹੀਂ ਪਤਾ ਆਇਆ ਕਿੱਥੋਂ ਸੀ, ਮੇਰੇ ਮਾਂ ਪਿਓ ਕੌਣ ਨੇ, ਉਹ ਭੁੱਲ ਗਿਆ। ਹੁਣ ਵਾਹਿਗੁਰੂ ਜੀ ਉਹ ਦਰ ਦਰ ਭਟਕ ਰਿਹਾ ਕਿ ਆਹ ਹੋ ਸਕਦੀ ਹੈ ਮੇਰੀ ਮਾਂ, ਇਹ ਹੋ ਸਕਦਾ ਹੈ ਮੇਰਾ ਪਿਓ, ਉਹ ਅਸੈਪਟ ਨਹੀਂ ਕਰਨਗੇ, ਉਹ ਕਹਿਣਗੇ ਨਹੀਂ ਕਿ ਸਾਡਾ ਤਾਂ ਹੈ ਨਹੀਂ, ਠੀਕ ਹੈ ਵੀ ਜਿਹਦਾ ਹੈ ਉਹਦੇ ਕੋਲ ਜਾ। ਮਤਲਬ ਕਹਿਣ ਦਾ ਵੀ ਜਦੋਂ ਸਾਡੀ ਮੌਤ ਵੀ ਹੁੰਦੀ ਹੈ ਨਾ, ਤਾਂ ਇਹ ਆਤਮਾ ਦਰ ਦਰ ਭਟਕਦੀ ਹੈ ਮਨ ਜਿਹੜਾ, ਕਿਉਂਕਿ ਉਹਦਾ ਦਰ ਜਿਹੜਾ ਹੈ ਜਿੱਥੇ ਉਹਦਾ ਦਰ ਖੁੱਲ੍ਹਾ ਹੈ, ਮਹਾਰਾਜ ਉਡੀਕਦੇ ਨੇ, ਉੱਥੇ ਤਾਂ ਜਾ ਹੀ ਨਹੀਂ ਰਿਹਾ, ਉਹ ਤਾਂ ਵਾਹਿਗੁਰੂ ਜੀ ਹੋਰ ਲੋਕ ਵਿੱਚ ਘੁੰਮ ਕੇ, ਚਾਹੇ ਦੇਵ ਲੋਕ ਵਿੱਚ ਚੱਲ ਜਾਵੇ, ਚਾਹੇ ਕਿਤੇ ਹੋਰ, ਆਉਣਾ ਫਿਰ ਇੱਥੇ ਹੀ ਪਊਗਾ। ਇੱਦਾਂ ਹੀ ਉਹ ਬੱਚਾ ਮੰਨ ਕੇ ਚੱਲੋ ਹੋਸਟਲ 'ਚ ਜਿਹੜਾ ਪੜ੍ਹਨ ਗਿਆ ਸੀ, ਉਹਦੇ ਮਾਂ ਪਿਓ ਤਾਂ ਉਡੀਕਦੇ ਪਏ ਵੀ ਬੱਚੇ ਨੂੰ ਹੁਣ ਛੁੱਟੀਆਂ ਹੋਣਗੀਆਂ, ਉਹ ਘਰੇ ਆਏਗਾ, ਬੱਚਾ ਛੋਟਾ ਹੈ, ਜਿਵੇਂ ਮਨ ਹੈ ਉਹ ਬੱਚਾ ਹੈ, ਉਹ ਭੁੱਲਿਆ ਹੋਇਆ ਹੈ ਇਸ ਲੋਕ 'ਚ ਆ ਕੇ। ਅਤੇ ਵਾਹਿਗੁਰੂ ਜੀ ਜਦੋਂ ਉਹ ਪਹੁੰਚ ਗਿਆ ਘਰੇ, ਤਾਂ ਉਹਨੂੰ ਕਿੰਨੀ ਖੁਸ਼ੀ ਹੋਏਗੀ, ਮੈਂ ਆਪਣੇ ਅਸਲ ਘਰ 'ਚ ਆ ਗਿਆ, ਉਹਦੇ ਮਾਂ ਪਿਓ ਕਿੰਨਾ ਲਾਡ ਲਡਾਉਣਗੇ, ਕਹਿਣਗੇ ਬੱਚਾ 6 ਮਹੀਨੇ ਬਾਅਦ ਆਇਆ ਜਾਂ ਕੋਈ ਸਾਲਾਂ ਬਾਅਦ ਆਇਆ। ਹੁਣ ਆਪਣੇ ਭੈਣ ਭਰਾ ਬਾਹਰ ਜਾਂਦੇ ਨੇ, NRI ਜਿਹੜੇ ਭੈਣ ਭਰਾ ਨੇ ਉਹਨਾਂ ਨੂੰ ਪਤਾ ਇਸ ਗੱਲ ਨੂੰ, ਸਮਝ ਸਕਦੇ ਨੇ ਕਿ ਜਦੋਂ ਉਹਨਾਂ ਨੇ ਘਰ ਮੁੜਨਾ ਹੁੰਦਾ, ਉਹਨਾਂ ਨੂੰ ਪਤਾ ਤਾਂ ਹੈ ਨਾ ਜਾਣਾ ਕਿੱਥੇ ਹੈ, ਪੰਜਾਬ 'ਚ ਸਾਡਾ ਘਰ ਕਿੱਥੇ ਹੈ, ਲੁਧਿਆਣੇ ਹੈ, ਜਲੰਧਰ ਹੈ, ਅੰਮ੍ਰਿਤਸਰ ਹੈ, ਕਿੱਥੇ ਹੈ। ਹੁਣ ਵਾਹਿਗੁਰੂ ਜੀ ਉਹਨਾਂ ਨੇ ਉੱਧਰੋਂ ਆਉਣਾ ਹੋਵੇ, ਇਹ ਤਾਂ ਪਤਾ ਵੀ ਅਸੀਂ ਕਿਤੋਂ ਆਏ ਸੀ, ਪੰਜਾਬ ਦੀ ਧਰਤੀ ਤੋਂ ਆਏ ਸੀ ਜਾਂ ਇੱਕ ਦੇਸ਼ 'ਚੋਂ ਦੂਜੇ ਦੇਸ਼ 'ਚ ਆਏ ਸੀ, ਇਹ ਭੁੱਲ ਗਏ ਵੀ ਕਿੱਥੋਂ ਆਏ ਸੀ, ਫਿਰ ਉਹ ਘਰ ਕਿੱਦਾਂ ਜਾਣਗੇ। ਇੱਦਾਂ ਹੀ ਮਹਾਰਾਜ ਨੂੰ ਆ ਕੇ ਦੱਸਣਾ ਪਿਆ ਵੀ ਤੁਸੀਂ ਆਏ ਕਿੱਥੋਂ ਸੀ, ਤੁਸੀਂ ਜਾਣਾ ਕਿੱਥੇ ਅਤੇ ਤੁਸੀਂ ਜਾ ਕਿੱਥੇ ਰਹੇ ਹੋ। ਮਹਾਰਾਜ ਨੂੰ ਸਾਡੀ ਟੈਨਸ਼ਨ ਸੀ ਵੀ ਇਹ ਬੱਚੇ ਤਾਂ ਇੰਝ ਕਦੀ ਘਰੇ ਮੋੜ ਹੀ ਨਹੀਂ ਪਾਉਣਗੇ, ਤਾਂ ਇੱਕ ਤਾਂ ਉਹਨਾਂ ਨੇ ਸਾਡਾ ਭਲਾ ਕੀਤਾ, ਅਤੇ ਉੱਤੋਂ ਅਸੀਂ ਇਹ ਸਵਾਲ ਚੱਕ ਰਹੇ ਹਾਂ ਵੀ ਹੋਰ ਕਿਉਂ ਕਰਨਾ ਪਿਆ ਜੀ ਚੌਥਾ। ਜੇ ਵਾਹਿਗੁਰੂ ਜੀ ਸਭ ਸਹੀ ਹੁੰਦਾ ਨਾ, ਤਾਂ ਫਿਰ ਉਹਨਾਂ ਨੂੰ ਕੁਛ ਨਾ ਕਹਿਣਾ ਪੈਂਦਾ, ਫਿਰ ਉਹਨਾਂ ਨੇ ਸਾਨੂੰ ਵਾਹਿਗੁਰੂ ਮੰਤਰ ਜਿਹੜਾ ਬਖਸ਼ਿਆ ਹੈ ਉਹਦਾ ਅਭਿਆਸ ਕਰਕੇ ਤਾਂ ਦੇਖੋ, ਉਹਦੀ ਬੰਦਗੀ ਕਰਕੇ ਤਾਂ ਦੇਖੋ, ਮਹਾਰਾਜ ਖਜ਼ਾਨੇ ਬਖਸ਼ ਦਿੰਦੇ ਆ। ਖਜ਼ਾਨੇ ਕਾਹਦੇ ਬਖਸ਼ਦੇ? ਨਾਮ ਦਾਨ ਦੇ, ਜਿਹੜੀ ਅਸੀਂ ਅਰਦਾਸ ਕਰਦੇ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਹੈ ਨਾ, ਨਾਮ ਦਾਨ, ਵਾਹਿਗੁਰੂ ਜੀ ਸਭ ਬਖਸ਼ ਦੇਣਗੇ ਮਹਾਰਾਜ, ਤੁਸੀਂ ਬੰਦਗੀ ਕਰਕੇ ਤਾਂ ਦੇਖੋ। ਆਪਣੀ ਆਵਾਜ਼ ਹੀ ਬਖਸ਼ ਦਿੰਦੇ ਨੇ ਮਹਾਰਾਜ, ਤਾਂ ਆਪਣਾ ਤੁਹਾਨੂੰ ਆਵਾਜ਼ ਸੁਣਾ ਦੇਣਗੇ। ਵਾਹਿਗੁਰੂ ਜੀ ਫਿਰ ਤਰਸ ਖਾਂਦੇ ਨੇ, ਫਿਰ ਰੋਮ ਰੋਮ ਤੁਹਾਡਾ ਨਾਮ ਜਪੇਗਾ, ਫਿਰ ਹੋਰ ਤਰਸ ਖਾਂਦੇ ਨੇ ਵਾਹਿਗੁਰੂ ਜੀ, ਤੇ ਫਿਰ ਅੰਮ੍ਰਿਤ ਰਸ ਬਖਸ਼ਦੇ ਨੇ, ਫਿਰ ਹੋਰ ਤਰਸ ਖਾਂਦੇ ਨੇ, ਤੇ ਵਾਹਿਗੁਰੂ ਜੀ ਇੱਕ ਦਿਨ ਪਿਤਾ ਜੀ ਖੁਦ ਹੀ ਦਰਸ਼ਨ ਦੇ ਦਿੰਦੇ ਵਾਹਿਗੁਰੂ। ਵਾਹਿਗੁਰੂ ਜੀ ਫਿਰ ਜਿਸ ਦਿਨ ਉਹ ਸੱਚ ਦਾ ਗੁਰਬਾਣੀ ਰਾਹੀਂ ਵਿਚਾਰੋਗੇ ਨਾ ਕਿ ਮਹਾਰਾਜ ਨੇ ਨਾ ਉੱਥੇ ਸਾਨੂੰ ਰਸਤਾ ਦੱਸਿਆ ਕਿ ਤੁਹਾਡਾ ਉਸ ਘਰ ਦਾ ਰਸਤਾ ਕੈਸਾ ਹੈ, ਕਿੱਥੋਂ ਜਾਣਾ ਹੈ, ਕਿਵੇਂ ਜਾਣਾ ਹੈ, ਕੀ ਤੁਹਾਨੂੰ ਕਰਨਾ ਪਏਗਾ, ਅਤੇ ਕਿੱਦਾਂ ਉਹ ਤੁਹਾਡੀ ਉਡੀਕ ਕਰ ਰਿਹਾ ਹੈ, ਕੌਣ ਤੁਹਾਡਾ ਪਿਤਾ, ਤੁਹਾਡੀ ਮਾਤਾ, ਅਕਾਲ ਪੁਰਖ ਗੁਰੂ ਸਾਹਿਬ ਜੀ,
ਵਾਹਿਗੁਰੂ ਜੀ ਫਿਰ ਨਾ ਹੁਣ ਇੱਥੇ ਇਹ ਗੱਲ ਨੂੰ ਕਲੀਅਰ ਕਰ ਲਈਏ ਵੀ ਜੇ ਕੋਈ ਵਾਹਿਗੁਰੂ ਜੀ ਭੈਣ ਸਿੱਖ ਧਰਮ 'ਚ ਆਉਣਾ ਚਾਹੁੰਦੀ ਹੈ ਨਾ ਤਾਂ ਉਹ ਇਹ ਸਮਝ ਲਏ ਕਿ ਇੱਥੇ ਵਾਹਿਗੁਰੂ ਜੀ ਸਿੱਧਾ ਸਪਸ਼ਟ ਮਾਰੇ ਨੇ ਰਾਹ ਦੱਸਿਆ ਆਪਣੇ ਘਰ ਦਾ। ਠੀਕ ਹੈ ਵਾਹਿਗੁਰੂ ਜੀ, ਹੁਣ ਜਿਹੜੇ ਇਹ ਕਹਿੰਦੇ ਵੀ ਤੂੰ ਇੱਦਾਂ ਨਹੀਂ ਅਤੇ ਉੱਦਾਂ ਨਹੀਂ, ਉਹ ਕਾਲ 'ਚ ਫਸੇ ਹੋਏ ਨੇ, ਉਹ ਇਹਨਾਂ ਗੱਲਾਂ 'ਚ ਫਸੇ ਹੋਏ ਨੇ ਵੀ ਤੂੰ ਹਿੰਦੂ ਹੈ, ਤੂੰ ਸਿੱਖ ਹੈ, ਤੂੰ ਮੁਸਲਮਾਨ ਹੈ, ਆਪਾਂ ਅਲੱਗ ਅਲੱਗ ਨਾ ਆਪਣੇ ਆਪ ਨੂੰ ਸਮਝੀਏ। ਠੀਕ ਹੈ, ਕਰਮ ਨੇ ਆਪਣੇ ਆਪਣੇ, ਜਿਹੜਾ ਉਹਨੂੰ ਪੂਜੇਗਾ, ਜਿਹੜਾ ਉਹਦੀ ਬੰਦਗੀ ਕਰਨੀ ਸਿੱਖ ਗਿਆ, ਜਿਸ ਨੂੰ ਆਪਣੇ ਪਿਤਾ ਦਾ ਪਤਾ ਲੱਗ ਗਿਆ, ਵਾਹਿਗੁਰੂ ਜੀ ਇੱਥੇ ਰਹਿ ਕੇ ਵੀ ਖੁਸ਼ ਹੈ। ਵਾਹਿਗੁਰੂ ਜੀ ਹਾਂਜੀ, ਪਤਾ ਕਿਹੜੀ ਗੱਲ ਕਰਦੇ ਨੇ? ਹਾਂਜੀ ਠੀਕ ਹੈ, ਇੱਕ ਤਾਂ ਪਤਾ ਹੈ ਗੁਰੂ ਸਾਹਿਬ ਜੀ ਨੇ ਸਮਝਾਤਾ ਕੱਚੀ ਬਾਣੀ ਬੋਲਦੇ ਨੇ, ਠੀਕ ਹੈ, ਭਾਸ਼ਾਏ ਲਈ ਲੜਦੇ ਨੇ, ਧਰਮ ਲਈ ਲੜਦੇ, ਸਾਰਾ ਕੱਚੀ ਬਾਣੀ ਹੀ ਕਰ ਰਹੇ ਨੇ ਵਾਹਿਗੁਰੂ ਜੀ, ਜਿਹੜੀ ਅਸਲੀ ਚੀਜ਼ ਆ ਉਹ ਨਹੀਂ ਕਰ ਉਹ ਰਹੇ, ਨਹੀਂ ਕਰ ਰਹੇ, ਉੱਤੇ ਨਹੀਂ ਧਿਆਨ ਦੇ ਰਹੇ। ਠੀਕ ਹੈ ਵਾਹਿਗੁਰੂ ਜੀ, ਆਪ ਜੀ ਨੂੰ ਅਗਰ ਯਾਦ ਹੋ ਤੇ ਵਾਹਿਗੁਰੂ ਜੀ, ਜਿਨ੍ਹਾਂ ਨੂੰ ਨਹੀਂ ਪਤਾ ਤੇ ਵਾਹਿਗੁਰੂ ਜੀ, ਇਹ ਜਿਹੜੇ ਕੁੱਕਰ ਗੁਰੂ ਸਾਹਿਬ ਜੀ ਦੇ ਜਿਹੜੇ ਕੁੱਕਰ ਹਨ, ਹੈ ਨਾ, ਮੇਰੇ ਨਾਲ ਮੇਰੇ ਸਿੰਘ ਜੀ ਹਨ, ਹੈ ਨਾ, ਇਹ ਵਾਹਿਗੁਰੂ ਜੀ ਸਿੱਖ ਪਰਿਵਾਰ 'ਚੋਂ ਹੀ ਹਨ। ਠੀਕ ਹੈ, ਇਹ ਜੋ ਇਹਨਾਂ ਦੇ ਨਾਲ ਇਹ ਕੁੱਕਰ ਬੈਠੀ ਹੈ ਅਕਾਲ ਪੁਰਖ ਜੀ ਦੀ, ਠੀਕ ਹੈ, ਇਹਨਾਂ ਦੀ ਸਿੰਘਣੀ, ਠੀਕ ਹੈ ਜੀ, ਇਹ ਕੁੱਕਰ ਹਿੰਦੂ ਪਰਿਵਾਰ ਤੋਂ ਸੀ। ਠੀਕ ਹੈ, ਅਤੇ ਵਾਹਿਗੁਰੂ ਜੀ ਇੱਕ ਟਾਈਮ ਸੀ ਜਦੋਂ ਸਾਡਾ ਵਿਆਹ ਹੋਇਆ ਅਤੇ ਵਾਹਿਗੁਰੂ ਜੀ ਇਹਨਾਂ ਨੂੰ ਹਨੂੰਮਾਨ ਚਾਲੀਸਾ ਕੰਠ ਹੋ ਗਈ ਸੀ। ਠੀਕ ਹੈ, ਵਾਹਿਗੁਰੂ ਜੀ ਔਰ ਵੀ ਜਿਹੜੇ ਮੰਤਰ ਹੁੰਦੇ ਆ, ਹੈ ਨਾ, ਕਾਫੀ ਸਾਰੇ, ਬਹੁਤ ਕੁਛ ਮੈਂ ਵਾਹਿਗੁਰੂ ਜੀ ਉਸ ਟਾਈਮ 'ਤੇ ਇਹਨਾਂ ਨੂੰ ਕੰਠ ਕਰਾਤੇ ਸੀ। ਤਦ ਵਾਹਿਗੁਰੂ ਜੀ ਤਦ ਤੋਂ ਸਭ ਬੜੇ ਖੁਸ਼ ਸੀ ਕਿ ਵਾਹ ਵਾਹ ਵਾਹ, ਇਹਨੇ ਤੋਂ ਇਹ ਕਰਾਤਾ ਉਹ ਕਰਾਤਾ। ਵਾਹਿਗੁਰੂ ਜੀ ਬਿਲਕੁਲ, ਜਦੋਂ ਦਾਸ ਵਾਹਿਗੁਰੂ ਜੀ ਉਦੋਂ ਉਹ ਮੰਤਰ ਉਚਾਰਦਾ ਸੀ ਜਾਂ ਇਹਨਾਂ ਦੀ ਸਮਝਾਈ ਜਿਹੜੀ ਗੱਲ ਸੀ ਜਾਂ ਸ਼ਿਵ ਜੀ ਦੀ ਗੱਲ ਹੁੰਦੀ ਸੀ, ਮਹਾਦੇਵ ਦੀ ਜਿਹਨੂੰ ਆਪਾਂ ਨੂੰ ਕਹਿੰਦੇ ਹਾਂ, ਜਾਂ ਕਿਸੇ ਵੀ ਦੇਵੀ ਦੇ, ਉਦੋਂ ਤਾਂ ਉਹ ਬਹੁਤ ਖੁਸ਼ ਹੁੰਦੇ ਸੀ ਉਹ ਲੋਕ, ਉਹ ਕਹਿੰਦੇ ਸੀ ਬਹੁਤ ਚੰਗਾ ਰੱਬ ਨਾਲ ਜੁੜ ਗਏ ਬੱਚੇ। ਅਤੇ ਜਿੱਦਾਂ ਹੀ ਵਾਹਿਗੁਰੂ ਜੀ, ਜੇ ਉਹ ਦਾਸ ਨੇ ਫਰਕ ਨਹੀਂ ਕੀਤਾ, ਇਹਨਾਂ ਨੇ ਫਰਕ ਨਹੀਂ ਕੀਤਾ, ਸਾਡੇ 'ਚ ਫਰਕ ਨਹੀਂ ਸੀ ਇਸ ਗੱਲ ਦਾ, ਸਾਨੂੰ ਪਤਾ ਹੈ ਵੀ ਇਹ ਰਾਹ ਹੈ, ਜੇ ਕੋਈ ਦੇਵਤਾ ਤੱਕ ਪਹੁੰਚਦਾ ਤਾਂ ਮਹਾਰਾਜ ਨੇ ਉਨਾ ਹੀ ਰਾਹ ਬਖਸ਼ਿਆ, ਜੇ ਉਸ ਤੋਂ ਅੱਗੇ ਦਾ ਰਾਹ ਦੱਸਣਗੇ ਤਾਂ ਫਿਰ ਆਹ ਤੁਹਾਨੂੰ ਦਿਖੂਗਾ ਹੀ ਦਿਖੂਗਾ, ਬਾਣਾ ਵੀ ਦਿਖੂਗਾ, ਖਾਲਸਾ ਵੀ ਦਿਖੂਗਾ, ਇਹ ਰਾਹ ਉਸ ਤੋਂ ਅੱਗੇ ਦਾ, ਇਹ ਸੱਚ ਸਮਝ ਲਓ ਪਹਿਲਾਂ। ਫਿਰ ਵਾਹਿਗੁਰੂ ਜੀ ਜਦੋਂ ਆਪਾਂ ਦੋਨੋਂ ਬੈਠ ਕੇ ਗੱਲ ਕਰਦੇ ਸੀ, ਕੁਛ ਪੜ੍ਹਦੇ ਸੀ, ਉਦੋਂ ਤਾਂ ਉਹਨਾਂ ਨੂੰ ਬੜੀ ਖੁਸ਼ੀ ਹੁੰਦੀ ਸੀ ਵੀ ਸ਼ਿਵ ਜੀ ਦੀ ਨੌਲੇਜ ਲੈ ਰਹੇ ਨੇ, ਕਹਿਣ ਦਾ ਭਾਵ ਮਹਾਦੇਵ ਦੀ ਨੌਲੇਜ ਲੈ ਰਹੇ ਨੇ। ਅਤੇ ਵਾਹਿਗੁਰੂ ਜੀ ਜਦੋਂ ਉਸ ਤੋਂ ਅੱਗੇ ਮਹਾਰਾਜ ਨੇ ਉਂਗਲ ਫੜ ਕੇ ਰਾਹ ਦਿਖਾਤਾ ਵੀ ਇਸ ਤੋਂ ਅੱਗੇ ਵੀ ਬਹੁਤ ਕੁਛ ਹੈ, ਤੁਸੀਂ ਤਾਂ ਹਜੇ ਕਿਤੇ ਪਹੁੰਚੇ ਹੋ, ਪਰ ਇਸ ਤੋਂ ਅੱਗੇ ਆਓ। ਅਤੇ ਉਹ ਰਾਹ ਸੀਗਾ ਆਹ ਵਾਲਾ ਜਿਹਦੇ ਵਿੱਚ ਮਹਾਰਾਜ ਨੇ ਅੰਮ੍ਰਿਤ ਦੀ ਦਾਤ ਬਖਸ਼ੀ। ਹੁਣ ਜਦੋਂ ਇਹ ਸਿੰਘਣੀ ਸੱਜ ਗਏ ਤਾਂ ਮਿਰਚਾਂ ਲੱਗ ਗਈਆਂ ਵੀ ਇਹਨਾਂ ਦਾ ਧਰਮ ਬਦਲ ਲਿਆ, ਜੇ ਮੈਂ ਵਾਹਿਗੁਰੂ ਜੀ ਟਿੱਕਾ ਲਾ ਲੈਂਦਾ ਮੱਥੇ 'ਤੇ ਤਾਂ ਫਿਰ ਅਸੀਂ ਬਹੁਤ ਵਧੀਆ ਸੀ, ਪਰ ਜੇ ਇਹਨਾਂ ਨੇ ਅੰਮ੍ਰਿਤ ਛੱਕ ਲਿਆ ਤਾਂ ਸਵਾਲ ਪਤਾ ਕੀ ਖੜੇ ਹੋ ਗਏ, ਲਓ ਜੀ ਧਰਮ ਬਦਲਤਾ ਜੀ, ਧਰਮ 'ਚ ਤਬਦੀਲੀ ਕਰਤੀ। ਇੰਝ ਕਰੋ, ਗੁਰੂ ਪਿਤਾ ਹੀ ਦੱਸ ਸਕਦੇ ਨੇ ਕਿ ਉਹਨਾਂ ਨੂੰ ਉਹ ਬੱਚੇ ਕਿੰਨੇ ਪਿਆਰੇ ਨੇ ਜਿਹੜੇ ਉਹਨਾਂ ਦੇ ਕਈ 'ਚ ਚੱਲ ਰਹੇ ਨੇ। ਵਾਹਿਗੁਰੂ ਜੀ ਦੁਨੀਆਦਾਰੀ ਛੱਡੀ, ਠੀਕ ਹੈ, ਅਤੇ ਮਹਾਰਾਜ ਨੂੰ ਪਾਇਆ। ਵਾਹਿਗੁਰੂ ਜੀ ਉਹ ਵੱਡੀ ਗੱਲ ਹੈ ਕਿ ਮਹਾਰਾਜ ਨੂੰ ਛੱਡ ਕੇ ਦੁਨੀਆਦਾਰੀ ਨੂੰ ਖੁਸ਼ ਕਰਨ ਲੱਗੇ ਰਹੀਏ, ਵੀ ਦੁਨੀਆ ਕਿਵੇਂ ਖੁਸ਼ ਹੋਊਗੀ। ਔਰ ਵਾਹਿਗੁਰੂ ਜੀ ਵਹੀ ਮੈਂ ਕਹਿ ਰਹੀ ਹੂੰ, ਇਹ ਇਹਨਾਂ ਨੂੰ ਕੁਛ ਪਤਾ ਹੀ ਨਹੀਂ ਵਾਹਿਗੁਰੂ, ਜਿਹੜੇ ਆਏ ਜਿਹੜੇ ਵਾਹਿਗੁਰੂ ਜੀ ਜਿਨ੍ਹਾਂ ਦੇ ਬਸ ਨਾਰੇ ਲਾਏ ਜਾਂਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਕਿ ਤੁਸੀਂ ਵਾਹਿਗੁਰੂ ਜੀ ਉਹਨਾਂ ਨੂੰ ਮਿਲਦੇ ਕਿਉਂ ਨਹੀਂ, ਅਸਲੀ ਵਿੱਚ ਮਿਲ ਲਓ ਨਾ ਉਹਨਾਂ ਦੇ ਦਰਸ਼ਨ, ਉਹਨਾਂ ਉਹ ਤੁਹਾਨੂੰ ਰਿਐਲਿਟੀ ਦੱਸ ਦੇਣਗੇ ਖੁਦ ਹੀ। ਅਤੇ ਦੂਸਰੀ ਚੀਜ਼ ਵਾਹਿਗੁਰੂ ਜੀ, ਇਸ ਕੁੱਕਰ ਨੇ ਜਦੋਂ ਅਕਾਲ ਪੁਰਖ ਜੀ ਦੇ ਕੁੱਕਰ ਨੇ ਜਦੋਂ ਵਾਹਿਗੁਰੂ ਜੀ ਇਤਿਹਾਸ ਪੜ੍ਹਨਾ ਸਟਾਰਟ ਕੀਤਾ, ਠੀਕ ਹੈ, ਤੁਹਾਨੂੰ ਤਾਂ ਵਾਹਿਗੁਰੂ ਜੀ ਮੈਂ ਇਹ ਵੀ ਨਹੀਂ ਦੱਸਣਾ ਚਾਹੁੰਦੀ ਕਿ ਮੈਨੂੰ ਦੱਸਿਆ ਵੀ ਕਿਸਨੇ ਸੀ, ਉਹ ਸੁਖਮ ਰੂਹ ਸੀ, ਮੈਂ ਉਹਨਾਂ ਦਾ ਨਾਮ ਲਈ ਨਹੀਂ ਲੈਣਾ ਚਾਹੁੰਦੀ, ਠੀਕ ਹੈ, ਤੁਮ ਜੈਸੇ ਵਾਹਿਗੁਰੂ ਜੀ ਸਮਝ ਨਹੀਂ ਪਾਓਗੇ। ਉਸ ਰੂਹ ਨੇ ਮੈਨੂੰ ਜਦੋਂ ਬੋਲਿਆ ਸੀ ਨਾ ਨਿਹੰਗ ਸਿੰਘ, ਫਿਰ ਮੈਂ ਇਹਨਾਂ ਨੂੰ ਅਗਲੇ ਦਿਨ ਸੂਬੇ ਪੁੱਛਿਆ ਸੀ ਨਿਹੰਗ ਸਿੰਘ ਕੌਣ ਹੁੰਦੇ, ਫਿਰ ਇਹਨਾਂ ਨੇ ਮੈਨੂੰ ਦਰਸ਼ਨ ਕਰਾਏ ਸੀ, ਮੈਂ ਦੇਖਦੀ ਰਹਿ ਗਈ ਸੀ
ਠੀਕ ਹੈ ਵਾਹਿਗੁਰੂ ਜੀ ਕਿ ਇਹ ਹੁੰਦੇ ਆ ਨੇ, ਇਹ ਤੋਂ ਮਤਲਬ ਕਿੰਨਾ ਸੋਹਣਾ ਰੂਪ ਹੈ, ਮੇਰੇ ਨਜ਼ਰ ਹੀ ਨਹੀਂ ਹਟਦੀ ਸੀ ਵਾਹਿਗੁਰੂ ਜੀ, ਬਿਲਕੁਲ ਨਜ਼ਰ ਅੱਜ ਵੀ ਨਹੀਂ ਹਟਦੀ ਖਾਲਸਾ ਪੰਥ ਤੋਂ, ਸਿਰ ਝੁਕਦਾ ਹੈ ਵਾਹਿਗੁਰੂ ਜੀ, ਸਿਰ ਝੁਕਦਾ ਵਾਹਿਗੁਰੂ ਜੀ। ਮਹਾਰਾਜ ਨੇ ਨਾ ਸਾਨੂੰ ਦੋਨਾਂ ਨੂੰ ਆਪ ਰਾਹ ਬਖਸ਼ਿਆ, ਇਹ ਅਸੀਂ ਜਾਣਦੇ ਹਾਂ। ਪਤਾ ਕਿਉਂ ਵਾਹਿਗੁਰੂ ਜੀ, ਹੁਣ ਆਓ ਇੱਕ ਗੱਲ ਨੂੰ ਸੁਣੋ ਧਿਆਨ ਨਾਲ, ਕਿ ਜਦੋਂ ਵਾਹਿਗੁਰੂ ਜੀ ਅਸੀਂ ਇੱਕ ਕਹਿੰਦੇ ਨਾ ਭਗਤੀ ਕਿਤੋਂ ਵੀ ਸਟਾਰਟ ਹੋ ਸਕਦੀ ਹੈ, ਹੋ ਸਕਦਾ ਕੋਈ ਕੋਈ ਇਤਿਹਾਸ ਪੜ੍ਹਨ ਲੱਗ ਜਾਏ, ਹੋ ਸਕਦਾ ਕੋਈ ਪੁਰਾਣ ਕੁਰਾਨ ਕੁਛ ਪੜ੍ਹਨ ਲੱਗ ਜਾਏ, ਅਤੇ ਮਹਾਰਾਜ ਦੇ ਹੁਕਮ ਅਨੁਸਾਰ ਆਪਾਂ ਸਭ ਕੁਛ ਪੜ੍ਹ ਸਕਦੇ ਹਾਂ, ਆਪਾਂ ਕੁਰਾਨ ਵੀ ਪੜ੍ਹ ਸਕਦੇ ਹਾਂ, ਪੁਰਾਣ ਵੀ ਦੇਖ ਸਕਦੇ ਹਾਂ ਕਿ ਲਿਖਿਆ ਕੀ ਹੈ ਉਹਦੇ ਉਸ ਦਰ ਬਾਰੇ ਕੀ ਲਿਖਿਆ ਹੈ, ਠੀਕ ਹੈ। ਅਤੇ ਵਾਹਿਗੁਰੂ ਜੀ ਜਦੋਂ ਅਸੀਂ ਉਹ ਪੜ੍ਹਦੇ ਹੁੰਦੇ ਸੀ, ਅਸਲ 'ਚ ਨਾ ਇਹਨਾਂ ਨੇ ਕਦੀ ਇਸ ਚੀਜ਼ ਦਾ ਫਰਕ ਕੀਤਾ, ਅਤੇ ਨਾ ਵਾਹਿਗੁਰੂ ਜੀ ਅੱਜ ਵੀ ਨਹੀਂ ਅਸੀਂ ਕਰਦੇ। ਅੱਜ ਵੀ ਵਾਹਿਗੁਰੂ ਜੀ ਜੇ ਕੋਈ ਮਹਾਦੇਵ ਦਾ ਭਗਤ ਹੈ ਨਾ, ਤੁਹਾਨੂੰ ਪੁੱਛ ਕੇ ਦੇਖੋ ਜਿਹੜੇ ਸਾਨੂੰ ਜਾਣਦੇ ਆ, ਕਿ ਅੱਜ ਵੀ ਆਪਾਂ ਉਹਨਾਂ ਨੂੰ ਪਤਾ ਹੈ ਕਿ ਅਸੀਂ ਉਹਨਾਂ ਨੂੰ ਉਨੀ ਹੀ ਰਿਸਪੈਕਟ ਦਿੰਦੇ ਹਾਂ, ਆਪਾਂ ਕਦੀ ਇਸ ਗੱਲ ਨੂੰ ਕਦੀ ਵੱਡਾ ਛੋਟਾ ਈਰਖਾ 'ਚ ਨਹੀਂ ਲਿਆ। ਹੁਣ ਵਾਹਿਗੁਰੂ ਜੀ ਕਿੰਨੀਆਂ ਭੈਣਾਂ ਸਾਨੂੰ ਹਿੰਦੂ ਪਰਿਵਾਰ ਤੋਂ ਮਿਲਦੀਆਂ, ਕਿੰਨੇ ਪਰਿਵਾਰ ਸਾਨੂੰ ਹਿੰਦੂ ਪਰਿਵਾਰ ਮਿਲਦੇ ਨੇ, ਤਾਂ ਵਾਹਿਗੁਰੂ ਜੀ ਹਮੇਸ਼ਾ ਉਹਨਾਂ ਨੂੰ ਪਤਾ ਹੈ ਕਿ ਇਹ ਦੋਨੋਂ ਕਦੀ ਫਰਕ ਨਹੀਂ ਕਰਨਗੇ, ਠੀਕ ਹੈ। ਸਾਡਾ ਜਿਹੜਾ ਬਾਣਾ ਹੈ ਜੋ ਗੁਰੂ ਨੇ ਬਖਸ਼ਿਆ ਹੈ, ਆਪਾਂ ਵਾਹਿਗੁਰੂ ਜੀ ਇਹਦੇ ਵਿੱਚ ਹੀ ਆਪਣੇ ਆਪ ਨੂੰ ਚੰਗੇ ਅਤੇ ਸੋਹਣੇ ਲੱਗਦੇ ਹਾਂ, ਠੀਕ ਹੈ। ਗੁਰੂ ਦੀ ਕਿਰਪਾ ਹੈ ਸਾਡੇ 'ਤੇ, ਸਾਨੂੰ ਪਤਾ ਹੈ ਗੱਲ ਦਾ ਕਿ ਇਹ ਮਹਾਰਾਜ ਬਖਸ਼ਦੇ ਨੇ, ਆਪਾਂ ਨਹੀਂ ਇਹਨੂੰ ਉਤਾਰ ਸਕਦੇ, ਆਪਾਂ ਵਾਹਿਗੁਰੂ ਜੀ ਇਲਾਜ ਮਹਾਰਾਜ ਰੱਖਦੇ ਨੇ। ਫਿਰ ਤਾਂ ਵਾਹਿਗੁਰੂ ਜੀ ਉਹ ਪਰਿਵਾਰਾਂ ਨਾਲ ਅੱਜ ਵੀ ਵਿਚਰ ਰਹੇ ਹਾਂ, ਉਹਨਾਂ ਨੂੰ ਸਾਡਾ ਪਾਸਟ ਵੀ ਪਤਾ ਵੀ ਇਹ ਪਹਿਲਾਂ ਜਿਹੜੀ ਸਟਾਰਟਿੰਗ ਸੀ ਇੰਜ ਹੋਈ ਸੀ, ਅਤੇ ਫਿਰ ਉਹਨਾਂ ਨਾਲ ਇਹ ਗੱਲਾਂ ਉਦੋਂ ਹੀ ਹੋ ਗਈਆਂ ਸੀ ਕਿ ਵਾਹਿਗੁਰੂ ਜੀ ਸਾਨੂੰ ਮਹਾਰਾਜ ਅੱਗੇ ਦਾ ਰਾਹ ਦਿਖਾ ਰਹੇ ਨੇ, ਗੁਰਮੁਖਾਂ ਨਾਲ ਮਿਲਾਇਆ ਮਹਾਰਾਜ ਨੇ ਸਾਨੂੰ ਅੱਗੇ ਦਾ ਰਾਹ ਦੱਸਿਆ ਵੀ ਅਕਾਲ ਪੁਰਖ ਕੌਣ ਹੈ। ਪਹਿਲੀ ਵਾਰੀ ਤਾਂ ਸੁਣ ਕੇ ਹੈਰਾਨ ਹੋ ਜਾਂਦਾ ਇਨਸਾਨ ਵੀ ਅਕਾਲ ਪੁਰਖ ਕੌਣ ਹੈ, ਵੀ ਮਹਾਦੇਵ ਦਾ ਪਤਾ ਹੈ, ਗੁਰੂ ਨਾਨਕ ਸਾਹਿਬ ਜੀ ਦਾ ਪਤਾ ਹੈ, ਮੁਹੰਮਦ ਜੀ ਬਾਰੇ ਪਤਾ ਹੈ, ਜਾਂ ਜੀਸਸ ਜਿਹੜੇ ਆ ਉਹਨਾਂ ਦਾ ਪਤਾ, ਇੰਨੀ ਨੌਲੇਜ ਤਾਂ ਹਰ ਕੋਈ ਬੱਚਾ ਵੀ ਰੱਖਦਾ। ਪਰ ਜਦੋਂ ਉਸ ਉੱਪਰਲੇ ਦਰ ਦੀ ਇਹ ਸਾਰਿਆਂ ਦਾ ਇੱਕ ਪਿਤਾ ਬੈਠਾ ਅਕਾਲ ਪੁਰਖ, ਜਦੋਂ ਉਹਦੇ ਬਾਰੇ ਪਤਾ ਲੱਗਦਾ ਨਾ ਵਾਹਿਗੁਰੂ ਜੀ, ਫਿਰ ਉਹ ਚੀਜ਼ ਜਦੋਂ ਤੁਸੀਂ ਲੱਭੋਗੇ ਫਿਰ ਲੱਭੋਗੇ ਕਿੱਥੇ। ਆਪਾਂ ਅਕਾਲ ਪੁਰਖ ਨੂੰ ਜਦੋਂ ਲੱਭਣਾ ਸੀ ਨਾ, ਤਾਂ ਲੱਭਿਆ ਪਤਾ ਕਿੱਥੇ? ਗੁਰਬਾਣੀ ਦੇ ਵਿੱਚ, ਸਤਿਵਚਨ, ਗੁਰੂ ਦੀ ਬਾਣੀ ਦੇ ਵਿੱਚ ਉਹਦਾ ਜ਼ਿਕਰ ਸੀ ਕਿ ਉਹ ਦਰ ਕੀ ਹੈ, ਉਹ ਅਕਾਲ ਪੁਰਖ ਕੌਣ ਹੈ, ਕਿੱਥੋਂ ਅਸੀਂ ਆਏ ਹਾਂ, ਅਨਹਦ ਨਾਦ ਕੀ ਹੈ। ਵਾਹਿਗੁਰੂ ਜੀ ਉਹ ਸਾਰੀਆਂ ਗੱਲਾਂ ਨੂੰ ਪੜ੍ਹਦੇ, ਜਦੋਂ ਤੁਸੀਂ ਗੁਰਬਾਣੀ ਨੂੰ ਵਿਚਾਰੋਗੇ ਨਾ, ਤੁਸੀਂ ਚਾਹੋ ਨਾ ਚਾਹੋ ਤੁਹਾਡੀ ਉੱਥੇ ਨਹੀਂ ਚੱਲਣੀ, ਉੱਥੇ ਗੁਰੂ ਦੀ ਚੱਲਦੀ, ਫਿਰ ਉਹ ਤੁਹਾਨੂੰ ਸੱਚ ਵਾਲੇ ਰਾਹ ਤੇ ਚਲਾ ਦੇਗਾ। ਸਤਿ ਬਚਨ ਉੱਥੇ ਸਾਡੀ ਨਹੀਂ ਚੱਲਦੀ। ਔਰ ਇੱਕ ਚੀਜ਼ ਵਾਹਿਗੁਰੂ ਜੀ, ਮੈਂ ਗੁਰੂ ਪਿਤਾ ਧੰਨ ਨੇ, ਮਹਾਰਾਜ ਕਿੱਦਾਂ ਖੇਡ ਖੇਡਦੇ ਨੇ। ਮਹਾਰਾਜ ਨੇ ਵਾਹਿਗੁਰੂ ਜੀ ਕਹਿੰਦੇ ਨਾ, ਜੋ ਆਪਾਂ ਮੰਗ ਸਕਦੇ ਹਾਂ ਨਾ ਵਾਹਿਗੁਰੂ ਜੀ, ਆਪਾਂ ਕੀ ਮੰਗ ਲਾਂਗੇ ਮਹਾਰਾਜ ਤੋਂ? ਚਲੋ ਪੈਸਾ ਮੰਗ ਲਾਂਗੇ, ਗੱਡੀਆਂ ਮੰਗ ਲਾਂਗੇ, ਦੁਨੀਆਂ 'ਚ ਹੋਰ ਕੁਛ ਮੰਗ ਲਾਂਗੇ, ਇਹੀ ਮੰਗ ਸਕਦੇ ਹਾਂ? ਜਦੋਂ ਮਹਾਰਾਜ ਨੇ ਆਪਣੇ ਆਪ ਨੂੰ ਹੀ ਦੇ ਦਿੱਤਾ ਤੁਹਾਨੂੰ, ਜਦੋਂ ਮਹਾਰਾਜ ਨੇ ਤੁਹਾਨੂੰ ਆਪਣਾ ਬੱਚਾ ਬਣਾ ਲਿਆ, ਤੁਹਾਨੂੰ ਪੁੱਤਰ ਕਹਿਤਾ, ਧੀ ਕਹਿਤਾ ਆਪਣੀ, ਤਾਂ ਉਸ ਤੋਂ ਵੱਡੀ ਕੀ ਖੇਡ ਹੋਊਗੀ ਵਾਹਿਗੁਰੂ ਜੀ? ਉੱਥੇ ਕੀ ਮੰਗੋਗੇ? ਉੱਥੇ ਕੋਈ ਗੱਡੀ ਮੰਗੋਗੇ ਕਿ ਪੈਸਾ ਮੰਗੋਗੇ? ਮਹਾਰਾਜ ਕਹਿੰਦੇ ਜੋ ਹੈ ਸਭ ਤੇਰਾ, ਕਿਉਂਕਿ ਤੂੰ ਮੇਰਾ, ਦੁਨੀਆਂ ਤੇਰੀ ਕਰਤੀ, ਤੇਰੇ ਨਾਮ ਕਰਤੀ ਦੁਨੀਆਂ, ਕਿਉਂਕਿ ਤੂੰ ਮੇਰਾ ਬੱਚਾ ਹੋ ਗਿਆ। ਅਤੇ ਵਾਹਿਗੁਰੂ ਜੀ ਉਸ ਦਰ 'ਤੇ ਨਾ ਗੁਰੂ ਪਿਤਾ ਜੀ ਹੀ ਸਹਾਏ ਹੁੰਦੇ ਨੇ, ਉੱਥੇ ਨਾ ਤਾਂ ਦਰਵਾਜ਼ਾ ਖੁੱਲ੍ਹੇ ਅਤੇ ਨਾ ਸਾਡੀ ਐਂਟਰੀ ਹੋਵੇ ਜਦੋਂ ਤੱਕ ਅਸੀਂ ਗੁਰੂ ਪਿਤਾ ਦੇ ਬੱਚੇ ਨਹੀਂ ਬਣਦੇ। ਇਹ ਗੱਲ ਨੂੰ ਲਿਖ ਲਓ, ਯਾਦ ਰੱਖਿਓ, ਗੁਰੂ ਪਿਤਾ ਦਾ ਆਸ਼ੀਰਵਾਦ ਸਾਡੇ ਸਿਰ 'ਤੇ ਹੋਣਾ ਬਹੁਤ ਜ਼ਰੂਰੀ ਹੈ। ਆਪਾਂ ਮਨਮਤ ਨਾ ਕਰੀਏ, ਅਸੀਂ ਆਪਣੇ ਜੀਵਨ ਨੂੰ ਆਪਣੇ ਹਿਸਾਬ ਨਾਲ ਚਲਾਉਣ ਦੀ ਕੋਸ਼ਿਸ਼ ਨਾ ਕਰੀਏ। ਅਤੇ ਗੁਰੂ ਕਈ ਤਾਂ ਅਸੀਂ ਇੱਦਾਂ ਵੀ ਦੇਖਦੇ ਹਾਂ ਨਾ, ਜਦੋਂ ਵੀ ਉਹ ਕਹਿੰਦੇ ਵੀ ਆਹ ਤਾਂ ਹੋਣਾ ਨਹੀਂ ਚਾਹੀਦਾ ਸੀ, ਇਹ ਕਿੱਦਾਂ ਹੋ ਗਿਆ ਸਾਡੀ ਜ਼ਿੰਦਗੀ 'ਚ, ਵੀ ਇਹ ਤਾਂ ਮਹਾਰਾਜ ਨੇ ਗਲਤ ਕਰਤਾ। ਉਹ ਮਹਾਰਾਜ ਤਾਂ
ਸਵਾਲ ਚੱਕ ਦਿੰਦੇ ਵੀ ਕਿਤੇ ਗੁਰੂ ਦੀ ਗਲਤੀ ਹੋ ਗਈ ਹੈ। ਇਹ ਕਿਉਂ ਭੁੱਲ ਜਾਂਦੇ ਹੋ ਵੀ ਸਾਡਾ ਕੋਈ ਕਰਮ ਹੋਏਗਾ? ਮਹਾਰਾਜ ਨੇ ਕੀ ਲੈਣਾ? ਮਹਾਰਾਜ ਸਾਡਾ ਨੁਕਸਾਨ ਥੋੜ੍ਹੀ ਚਾਹੁੰਦੇ ਨੇ, ਮਹਾਰਾਜ ਸਾਡਾ ਭਲਾ ਚਾਹੁੰਦੇ ਨੇ। ਵਾਹਿਗੁਰੂ ਵਾਹਿਗੁਰੂ ਜੀ, ਸਿਰਫ ਇੱਕ ਸਭ ਨੂੰ ਇੱਕ ਬੇਨਤੀ ਕਰੂੰਗਾ ਕਿ ਜਿਹੜੇ ਇਹ ਕਹਿੰਦੇ ਆ ਨਾ ਕਿ ਕੋਈ ਅਗਰ ਖਾਲਸਾ ਪ੍ਰਗਟ ਹੁੰਦਾ ਹੈ ਨਾ, ਖਾਲਸਾ ਵਾਹਿਗੁਰੂ ਜੀ ਇੱਕ ਤਾਂ ਸਭ ਤੋਂ ਬੜੀ ਚੀਜ਼, ਖਾਲਸਾ ਨਾ ਪ੍ਰਗਟ ਹੁੰਦਾ, ਪੈਦਾ ਨਹੀਂ ਹੁੰਦਾ, ਧਿਆਨ ਰੱਖਣਾ ਹਮੇਸ਼ਾ, ਕਿਉਂਕਿ ਉਹ ਆਜ਼ਾਦ ਹੈ, ਉਹ ਮੁਕਤ ਹੈ ਆਲਰੇਡੀ ਖਾਲਸਾ, ਠੀਕ ਹੈ ਵਾਹਿਗੁਰੂ ਜੀ। ਅਤੇ ਉਹ ਜਦੋਂ ਪ੍ਰਗਟ ਹੁੰਦਾ ਨਾ ਵਾਹਿਗੁਰੂ ਜੀ, ਨਾ ਉਹ ਹਿੰਦੂ ਰਹਿੰਦਾ, ਨਾ ਉਹ ਸਿੱਖ ਰਹਿੰਦਾ, ਨਾ ਉਹ ਉਹ ਕੁਛ ਨਹੀਂ ਰਹਿੰਦਾ, ਉਹਦਾ ਕੋਈ ਧਰਮ ਨਹੀਂ ਹੈ। ਖਾਲਸਾ ਖਾਲਸ ਹੈ, ਖਾਲਸਾ ਅਕਾਲ ਪੁਰਖ ਜੀ ਦੀ ਫੌਜ ਹੈ, ਖਾਲਸਾ ਗੁਰੂ ਪਿਤਾ ਗੁਰੂ ਗੋਬਿੰਦ ਸਿੰਘ ਜੀ ਕੀ ਜਾਨ ਕੀ ਜਾਨ ਹੈ, ਇਹ ਯਾਦ ਰੱਖਣਾ, ਇਹਦੀ ਪਹਿਚਾਣ ਹੈ ਵਾਹਿਗੁਰੂ ਜੀ। ਔਰ ਦੂਜੀ ਚੀਜ਼ ਵਾਹਿਗੁਰੂ ਜੀ, ਜਿਹੜੇ ਇਹ ਕਹਿੰਦੇ ਆ ਨਾ, ਮਤਲਬ ਇਹ ਕੱਚੀ ਬਾਣੀ ਬੋਲਦੇ, ਤੁਸੀਂ ਨਾ ਫਸਿਆ ਕਰੋ ਵਾਹਿਗੁਰੂ ਜੀ, ਜਿਹੜੇ ਕੱਚੀ ਬਾਣੀ ਬੋਲਦੇ ਨਾ, ਤੁਸੀਂ ਉਹਨਾਂ ਦੀ ਬਾਤ ਵਿੱਚ ਆ ਕੇ ਤੁਸੀਂ ਆਪਣੇ ਕਰਮ ਬਣਾਉਂਦੇ ਆਪਣੇ ਫੁਰਨੇ ਲੈਣ ਦੀ ਬਹੁਤੀ ਲੋੜ ਨਹੀਂ ਹੈਗੀ। ਕਿਹੜੇ ਕਰਮ, ਕਿਹੜੀ ਗੱਲ ਕਰ ਰਹੀ ਹਾਂ ਵਾਹਿਗੁਰੂ ਜੀ? ਜਿਹੜੇ ਮੰਨੋ ਵਾਹਿਗੁਰੂ ਜੀ, ਮੰਨੋ ਚਲੋ ਮੈਂ ਆਪਣੇ ਕੁੱਕਰ ਆਪਣੇ ਉੱਪਰ ਲੈ ਲੈਂਦੀ ਹਾਂ ਕਿ ਮੈਂ ਹਿੰਦੂ ਪਰਿਵਾਰ ਤੋਂ ਸੀ, ਹੈ ਨਾ, ਮੈਂ ਉਹਦਾ ਜਨਮੀ, ਅੱਜ ਮੈਂ ਅੱਜ ਇਸ ਕੁੱਕਰ ਸਰੀਰ ਨੂੰ ਪਿਤਾ ਜੀ ਨੇ ਬਾਹਰ ਸੇ ਵੀ ਪ੍ਰਗਟ ਕੀਤਾ, ਤੇ ਸਭ ਤੋਂ ਪਹਿਲੇ ਅੰਦਰ ਸੇ ਕੀਤਾ ਤੋ ਹੀ ਬਾਹਰ ਆਇਆ ਵਾਹਿਗੁਰੂ ਜੀ। ਤੇ ਐ ਨਾ ਬੋਲ, ਐ ਨਾ ਸੋਚਿਆ ਕਰੋ ਬੋਲ ਐ ਤੋ ਹਿੰਦੂ ਹਿੰਦੂ ਸੇ ਹੀ ਨਿਕਲਿਆ ਹਿੰਦੂ, ਨਹੀਂ, ਤੁਸੀਂ ਆਪਣਾ ਕਰਮ ਬਣਾ ਰਹੇ ਹੋ ਵਾਹਿਗੁਰੂ ਜੀ, ਤੁਸੀਂ ਭੁਗਤੋਗੇ। ਐ ਕਦੀ ਨਾ ਕਹਿਣਾ ਕਿਸੇ ਖਾਲਸੇ ਨੂੰ ਕਿ ਕਦੀ ਨਾ, ਕਿਉਂਕਿ ਵਾਹਿਗੁਰੂ ਜੀ ਬਹੁਤ ਸੁਣਿਆ ਕਿ ਵੀਡੀਓ ਵਿੱਚ ਵੀ ਕਿ ਇਹ ਤੋ ਸਨਾਤਨੀ ਸੀ, ਨਹੀਂ ਵਾਹਿਗੁਰੂ, ਖਾਲਸਾ ਕਾ ਕੋਈ ਧਰਮ ਨਹੀਂ ਹੈ, ਤੁਸੀਂ ਫਸ ਰਹੇ ਹੋ ਕਾਲ ਦੇ ਬਾਤੋਂ ਵਿਚ ਆ ਰਹੇ ਹੋ, ਪੰਜ ਦੁੱਤਾਂ ਦੀ ਬਾਤੋਂ ਵਿੱਚ ਆ ਰਹੇ ਹੋ, ਜਿਹੜੇ ਤੁਹਾਨੂੰ ਇਹ ਵਟਸਐਪ ਅੱਜ ਕੱਲ੍ਹ ਯੂਨੀਵਰਸਿਟੀ ਬਣੀ ਹੋਈ ਆ, ਉਹਦਾ ਉਸਕਾ ਗਿਆਨ ਨਾ ਲਿਆ ਕਰੋ ਵਾਹਿਗੁਰੂ। ਵਟਸਐਪ ਯੂਨੀਵਰਸਿਟੀ ਵਾਹਿਗੁਰੂ ਜੀ, ਸਾਰਾ ਸਾਡੇ ਮਾਈਂਡ ਵਾਸ਼ ਕਰਨ 'ਚ ਲੱਗੇ ਹੋਏ ਨੇ, ਤੁਹਾਡਾ ਕਰਮ ਬਣ ਰਿਹਾ, ਤੁਸੀਂ ਫਿਰ ਵਾਹਿਗੁਰੂ ਜੀ ਤੜਪੋਗੇ ਤੁਹਾਨੂੰ ਐਚ। ਵਾਹਿਗੁਰੂ ਜੀ ਜਿਹੜੇ ਇਹ ਗੱਲ ਕਰਦੇ ਆ ਨਾ, ਫਿਰ ਉਹਨਾਂ ਦੇ ਨਾਲ ਕੁਛ ਹੁੰਦਾ ਨਾ, ਉਹ ਬਸ ਇਹੀ ਸੋਚਦੇ ਰਹਿ ਜਾਂਦੇ, ਅਸੀਂ ਕੀਤਾ ਕੀ, ਅਸੀਂ ਤਾਂ ਕੁਛ ਗਲਤ ਨਹੀਂ ਕੀਤਾ, ਪਰ ਤੁਹਾਨੂੰ ਇਹ ਨਹੀਂ ਪਤਾ ਤੁਸੀਂ ਇਹ ਜਿਹੜੇ ਲਫ਼ਜ਼ ਬੋਲ ਰਹੇ ਹੋ ਨਾ, ਬਹੁਤ ਗਲਤ ਬੋਲ ਰਹੇ ਹੋ। ਵਾਹਿਗੁਰੂ ਜੀ, ਗੁਰੂ ਸਾਹਿਬ ਜੀ ਦੇ ਨਾ ਬਚਨ ਪੜ੍ਹ ਲਓ, ਮਹਾਰਾਜ ਨੇ ਸੋ ਸਾਖੀ 'ਚ ਕੀ ਕਿਹਾ ਉਹ ਪੜ੍ਹ ਲਓ, ਤੁਹਾਡੀ ਸ਼ੰਕਾਵਾਂ ਵੈਸੇ ਦੂਰ ਹੋ ਜਾਣਗੀਆਂ ਵੀ ਇਹ ਮਹਾਰਾਜ ਦੇ ਹੁਕਮ 'ਚ ਹਰ ਚੀਜ਼ ਮਹਾਰਾਜ ਦੇ ਹੁਕਮ 'ਚ ਚੱਲ ਰਹੀ ਹੈ। ਅਤੇ ਜੇ ਕਿਸੇ ਨੂੰ ਮਹਾਰਾਜ ਨੇ ਗੁਰੂ ਨੇ ਆਪਣਾ ਬਣਾਇਆ ਨਾ, ਤਾਂ ਉਹਨੇ ਆਪਣੇ ਹੁਕਮ 'ਚ ਬਣਾਇਆ, ਕੋਈ ਇਨਸਾਨ ਨਹੀਂ ਕਿਸੇ ਨੂੰ ਬਦਲ ਸਕਦਾ। ਅਤੇ ਵਾਹਿਗੁਰੂ ਜੀ, ਹੁਣ ਇੱਕ ਗੱਲ ਇੱਥੇ ਨੋਟ ਕਰ ਲਓ, ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜੇ ਇਹ ਸਵਾਲ ਚੱਕਦੇ ਉਹਨਾਂ ਨੂੰ ਖਾਸ ਕਰਕੇ ਪਤਾ, ਧਰਮ ਤਬਦੀਲ ਕੀ ਹੈ? ਉੱਥੇ ਪੈਸੇ ਦਾ ਲਾਲਚ ਦੇ ਕੇ ਕਿਸੇ ਨੂੰ ਜਾਂ ਉਹਨੂੰ ਡਰਾ ਧਮਕਾ ਕੇ, ਜਿਵੇਂ ਅਬਦਾਲੀ ਅਰੀ ਅਤੇ ਆ ਜਿਹੜੇ ਸੀਗੇ ਔਰੰਗਜ਼ੇਬ ਅਰੀ ਕਰਦੇ ਸੀ, ਉਹ ਤਾਂ ਧਮਕਾ ਕੇ ਕਰਦੇ ਸੀ, ਠੀਕ ਹੈ ਵਾਹਿਗੁਰੂ ਜੀ। ਅਤੇ ਅੱਜ ਜਿਹੜੇ ਵਾਹਿਗੁਰੂ ਜੀ ਕ੍ਰਿਸਚਨ ਬਣ ਰਹੇ ਨੇ ਨਕਲੀ, ਉਹ ਪੈਸਾ ਦੇਖ ਕੇ ਬਣ ਰਹੇ ਨੇ, ਕੋਈ ਕੋਈ ਬਾਬੇ ਦਾ ਬਣ ਰਿਹਾ ਅਤੇ ਉਹ ਪੈਸੇ ਲਾਲਚ ਕਰਕੇ ਬਣ ਰਿਹਾ। ਗੁਰੂ ਪਿਤਾ ਦੀ ਫੌਜ ਕਦੀ ਵੀ ਪੈਸੇ ਕਰਕੇ ਅੱਗੇ ਨਹੀਂ ਵੱਧਦੀ। ਹੁਣ ਆਰਮੀ ਖੜੀ ਹੈ ਦੇਸ਼ਾਂ ਦੀ, ਉਹ ਲੜਦੀ ਪਈ ਹੈ ਆਪਣੇ ਆਪਣੇ ਦੇਸ਼ ਬਚਾਉਣ ਨੂੰ, ਪਰ ਉਹਨਾਂ ਨੂੰ ਤਨਖਾਹਾਂ ਆਉਂਦੀਆਂ ਉਹਦੀਆਂ, ਉਹਨਾਂ ਨੂੰ ਪੈਨਸ਼ਨਾਂ ਲੱਗਦੀਆਂ, ਘਰ ਬਾਰ ਮਿਲਦੇ ਨੇ, ਉਹਨਾਂ ਦੇ ਪਰਿਵਾਰ ਪਲਦੇ ਨੇ ਉਸ ਪੈਸੇ ਤੋਂ। ਖਾਲਸਾ ਪੰਥ ਕਿਹਦੇ ਤੋਂ ਪੈਸੇ ਲੈ ਕੇ? ਖਾਲਸਾ ਬੰਦਾ ਹੈ, ਉਹ ਫੌਜ ਕਿਸੇ ਤੋਂ ਤਨਖਾਹ ਨਹੀਂ ਲੈ ਰਹੀ, ਉਹ ਫੌਜ ਉਹਦੇ ਹੁਕਮ 'ਚ ਚੱਲ ਰਹੀ ਹੈ। ਜੇ ਕੋਈ ਸ਼ਹੀਦ ਸਿੰਘ ਹੈ ਜਾਂ ਹੁੰਦਾ ਨਾ, ਜਦੋਂ ਸਿੰਘ ਇੱਕ ਸ਼ਹੀਦ ਹੁੰਦਾ, ਉਹਦੀ ਕੋਈ ਪੈਨਸ਼ਨ ਨਹੀਂ ਆਉਣੀ ਉਹਨੂੰ, ਉਹਦੇ ਘਰਦਿਆਂ ਨੂੰ ਕੁਛ ਨਹੀਂ ਮਿਲਣਾ ਉਹਦੇ 'ਚੋਂ, ਪਰ ਉਹ ਸੱਚ ਲਈ ਖੜ ਕੇ ਆਪਣੀ ਜਾਨ ਦਿੰਦਾ। ਪਰ ਆਰਮੀ ਹੈ ਜਿਹੜੀ, ਇਹ ਗੱਲ ਨੂੰ ਹੁਣ ਨੋਟ ਕਰ ਲਓ, ਇਹ ਫੌਜ ਅਤੇ ਉਹ ਫੌਜ ਨੂੰ ਕਦੀ ਇੱਕ ਨਾ ਸਮਝੋ, ਉਹ ਫੌਜ ਨੂੰ ਪੂਰਾ ਸਿਸਟਮ ਚਲਾ ਰਿਹਾ, ਉਹਦੇ ਪਿੱਛੇ ਸਾਰਾ ਪੈਸਾ ਚੱਲ ਰਿਹਾ, ਫਿਰ ਉਹਨਾਂ ਦੀਆਂ ਤਨਖਾਹਾਂ ਚੱਲ ਰਹੀਆਂ, ਠੀਕ ਹੈ ਵਾਹਿਗੁਰੂ ਜੀ। ਕੋਈ ਖਾਲਸਾ ਫੌਜ 'ਚ ਤੁਹਾਨੂੰ ਕਹਿ ਸਕਦਾ ਮੈਂ ਤਨਖਾਹ 'ਤੇ ਖਾਲਸਾ ਬਣਿਆ, ਜਾਂ ਮੈਨੂੰ ਰੋਜ਼ ਦਾ 500 ਰੁਪਇਆ ਮਿਲਦਾ ਮੈਂ ਤਾਂ ਖਾਲਸਾ ਬਣਿਆ? ਉਹ ਦਿਲੋਂ ਅੰਦਰੋਂ ਪ੍ਰਗਟ ਹੋਊਗਾ ਖਾਲਸਾ। ਅਤੇ ਵਾਹਿਗੁਰੂ ਜੀ, ਇਹ ਗੱਲਾਂ ਨੂੰ ਨਾ ਪਹਿਲਾਂ ਘਰੇ ਬੈਠ ਕੇ ਆਪ ਵਿਚਾਰ ਕੇ ਦੇਖੋ, ਐਵੇਂ ਨਹੀਂ ਕਿਸੇ ਦੇ ਸਵਾਲ ਚੱਕੀਦਾ। ਬਾਕੀ ਗੁਰੂ ਸਾਹਿਬ ਤਰਸ ਕਰਨ, ਮਹਾਰਾਜ ਸਮਤ ਬਖਸ਼ਣ। ਵਾਹਿਗੁਰੂ ਜੀ, ਮੈਂ ਉਸ ਭੈਣ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਭੈਣੇ
ਤੁਸੀਂ ਹਿੰਦੀ ਹਿੰਦੂ ਤੁਸੀਂ ਪਰਿਵਾਰ ਹਿੰਦੂ ਤੋਂ ਪਰਿਵਾਰ ਤੋਂ ਹੋ ਤੇ ਵਾਹਿਗੁਰੂ ਜੀ ਪਹਿਲੇ ਨਾ ਆਪਣੇ ਅੰਦਰ ਪਹਿਲੇ ਆਪਣੇ ਆਪ ਨੂੰ ਬਦਲੋ, ਬਦਲੋ ਬਾਹਰ ਸੇ ਬਦਲ ਕੇ ਤਾਂ ਕੁਛ ਨਹੀਂ ਹੋਣਾ। ਚਲੋ ਤੁਸੀਂ ਅਗਰ ਸਿੱਖੀ ਵਿੱਚ ਵੀ ਆ ਜਾਓਗੇ ਉਸਕਾ ਫਾਇਦਾ ਕਿਆ, ਜਦੋਂ ਅੰਦਰ ਤੇ ਹੀ ਨਹੀਂ ਬਦਲੇ। ਬਿਲਕੁਲ ਪਹਿਲੇ ਵਾਹਿਗੁਰੂ ਜੀ ਅੰਦਰ ਦੀ ਤੁਸੀਂ ਖੇਡ ਨੂੰ ਸਮਝੋ, ਇਤਿਹਾਸ ਪੜ੍ਹੋ, ਆਪਣਾ ਵਾਹਿਗੁਰੂ ਜੀ ਬਾਣੀ ਵਿਚਾਰੋ, ਬਾਣੀ ਪੜ੍ਹੋ, ਆਪਣਾ ਪ੍ਰਭਾਤ ਕਾ ਸਮੇਂ ਅੰਮ੍ਰਿਤ ਵੇਲਾ ਸੰਭਾਲੋ। ਵਾਹਿਗੁਰੂ ਜੀ ਉਹੀ ਕਹਿਣ ਦਾ ਭਾਵ ਵੀ ਰਹਿਤ ਮਰਿਆਦਾ ਨੂੰ ਪਹਿਲਾਂ ਫੋਲੋ ਕਰਕੇ ਦੇਖੋ, ਵਾਹਿਗੁਰੂ ਜੀ ਇੱਕ ਸਾਲ ਕਰੋ ਰਹਿਤ ਮਰਿਆਦਾ, ਫਿਰ ਤੁਸੀਂ ਆਪਣੇ ਆਪ ਜਦੋਂ ਤੁਹਾਡੇ ਅੰਦਰ ਮਹਾਰਾਜ ਪ੍ਰਗਟ ਕਰਨਗੇ। ਪਿਤਾ ਜੀ ਨੇ ਤਰਸ ਖਾਧਾ ਨਾ, ਫਿਰ ਦੇਖਣਾ ਵਾਹਿਗੁਰੂ ਜੀ ਅੰਦਰ ਸੇ ਵੀ ਤੁਸੀਂ ਖਾਲਸ ਤੇ ਬਾਹਰ ਵੀ ਖਾਲਸ, ਉਸ ਪ੍ਰਭੂ ਕਾ ਰੂਪ ਹੋ ਜਾਓਗੇ ਵਾਹਿਗੁਰੂ ਜੀ। ਤੇ ਭੈਣ ਮੈਂ ਇਹੀ ਬੇਨਤੀ ਕਰਦੀ ਹਾਂ ਆਪ ਜੀ ਨੂੰ, ਪਹਿਲੇ ਇੱਕ ਸਾਲ ਮਰਿਆਦਾ ਰਹਿਤ ਮਰਿਆਦਾ ਵਿੱਚ ਰਹੋ, ਫਿਰ ਵਾਹਿਗੁਰੂ ਪਿਤਾ ਜੀ ਨੇ ਆਪਣੇ ਆਪ ਹੀ ਆਪ ਜੀ ਦੀ ਖੇਲ, ਬਸ ਇਹ ਹੈ ਕਿ ਇਹ ਨਹੀਂ ਕਿ ਵਾਹਿਗੁਰੂ ਜੀ ਕਿਸੇ ਨੇ ਕੁਛ ਕਹਿਤਾ ਤਾਂ ਉਹ ਰੋਣ ਲੱਗੇ ਜਾਂ ਬੋਲ ਲੱਗੇ। ਵਾਹਿਗੁਰੂ ਜੀ ਕੱਲ ਨੂੰ ਨਾ ਬਹੁਤ ਇਹ ਵੀ ਕਹਿਣਗੇ ਕਿ ਤੂੰ ਤਾਂ ਉੱਧਰ ਸੀ, ਤੂੰ ਇੱਧਰ ਕਿੱਧਰ ਚੱਲ ਪਈ। ਵਾਹਿਗੁਰੂ ਜੀ ਭੈਣੇ ਆਪ ਜੀ ਨੂੰ ਕੱਲ੍ਹ ਨੂੰ ਕੋਈ ਕਹੇ ਤੂੰ ਤਾਂ ਉਸ ਧਰਮ 'ਚ ਹੁੰਦੀ ਸੀ, ਤੂੰ ਇੱਧਰ ਆ ਗਈ, ਇੰਝ ਕੁਛ ਵੀ, ਉਹ ਗੱਲਾਂ ਨੂੰ ਕਦੀ ਨੋਟਿਸ ਹੀ ਨਹੀਂ ਕਰਨਾ ਕਿ ਕੋਈ ਕੀ ਕਹਿ ਰਿਹਾ। ਆਪਣੇ ਪਿਤਾ ਨੂੰ ਹੱਥ ਫੜਾਤਾ ਨਾ ਤਾਂ ਫਿਰ ਉਹ 'ਤੇ ਭਰੋਸਾ ਰੱਖ ਕੇ ਚੱਲਣਾ ਹੁੰਦਾ। ਬਾਕੀ ਵਾਹਿਗੁਰੂ ਜੀ ਆਪਾਂ ਕੋਈ ਵੀ ਬੱਚਾ, ਚਾਹੇ ਉਹ ਸਿੱਖ ਪਰਿਵਾਰ 'ਚ ਹੈ ਅੱਜ ਪੈਦਾ ਹੋਇਆ, ਹੁਣ ਉਹ ਵੀ ਕਟਿੰਗ 'ਚ ਕਈ ਵਾਰੀ ਸਾਨੂੰ ਮਿਲਦੇ ਆ, ਕੋਈ ਕੋਈ ਵਾਹਿਗੁਰੂ ਜੀ ਗਲਤ ਰਾਹ 'ਤੇ ਪਿਆ ਹੁੰਦਾ, ਉਹ ਵੀ ਜਦੋਂ ਅਨੰਦਪੁਰ ਸਾਹਿਬ ਘਰ ਨੂੰ ਮੁੜਦਾ ਸਾਨੂੰ ਉਨੀ ਖੁਸ਼ੀ ਹੁੰਦੀ ਆ। ਜੇ ਭੈਣ ਵੀ ਗੁਰੂ ਦੀ ਧੀ ਬਣਨਾ ਸਾਡਾ ਵਾਹਿਗੁਰੂ ਜੀ ਗੁਰੂ ਦੇ ਬਣਾਂਗੇ ਨਾ ਜਦੋਂ ਬਣਾਂਗੇ, ਅਤੇ ਜੇ ਗੁਰੂ ਚਾਹੁੰਦੇ ਤਾਂ ਤੁਸੀਂ ਬਣ ਸਕੋਗੇ, ਨਹੀਂ ਤਾਂ ਨਹੀਂ ਬਣ ਸਕੋਗੇ। ਬਹੁਤਾ ਦੇਰ ਝੂਠ ਕਦੇ ਟਿੱਕ ਹੀ ਨਹੀਂ ਸਕਦਾ, ਟਿੱਕਣਾ ਤਾਂ ਸੱਚ ਨਹੀਂ ਹੈ। ਵਾਹਿਗੁਰੂ ਜੀ ਉਹਦੇ ਦਰ 'ਤੇ ਝੂਠ ਨਹੀਂ ਟਿੱਕਦਾ ਹੁੰਦਾ ਕਦੀ, ਅਤੇ ਉਹਦੇ ਪਖੰਡ ਵੀ ਨਹੀਂ ਟਿੱਕਦਾ ਹੁੰਦਾ। ਅਤੇ ਵਾਹਿਗੁਰੂ ਜੀ ਭੈਣੇ ਆਪ ਜੀ ਨੂੰ ਇਹ ਆਪਾਂ ਵੈਲਕਮ ਕਰਦੇ ਹਾਂ। ਜੇ ਤੁਸੀਂ ਸਾਨੂੰ ਇਹ ਮੈਸੇਜ ਕੀਤਾ ਨਾ ਕਿ ਮੈਂ ਬਣਨਾ ਚਾਹੁੰਦੀ ਹਾਂ, ਬਣਾ ਕਿ ਨਾ ਬਣਾ, ਤਾਂ ਅਸੀਂ ਤਾਂ ਤੁਹਾਡਾ ਵੈਲਕਮ ਕਰਦੇ ਹਾਂ। ਸਾਡੀ ਜਿੱਥੇ ਵੀ ਤੁਹਾਨੂੰ ਨੀਡ ਹੋਵੇ, ਕਦੀ ਕੋਈ ਸਵਾਲ ਹੋਵੇ, ਕੁਝ ਪੁੱਛਣਾ ਹੋਵੇ, ਤੁਸੀਂ ਬੇਝਿਜਕ ਹੋ ਕੇ ਪੁੱਛੋ, ਠੀਕ ਹੈ। ਅਤੇ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਬੇਨਤੀ ਇਹ ਕਰਦੇ ਹਾਂ ਕਿ ਰਹਿਤ ਮਰਿਆਦਾ ਫੋਲੋ ਕਰੋ, ਨਿਤਨੇਮ ਦੀ ਬਾਣੀ ਪੜ੍ਹਨੀ ਸ਼ੁਰੂ ਕਰ ਦਿਉ, ਅਤੇ ਵਾਹਿਗੁਰੂ ਜਾਪ ਹਰ ਸਮੇਂ ਆਪ ਜੀ ਦੇ ਮੁੱਖ 'ਚੋਂ ਉਹ ਆਵਾਜ਼ ਹੋਣੀ ਚਾਹੀਦੀ ਹੈ। ਅਤੇ ਵਾਹਿਗੁਰੂ ਜੀ ਉਹ ਤੁਹਾਨੂੰ ਫਿਰ ਆਪ ਨਹੀਂ ਕਰਨਾ ਪਊਗਾ, ਤੁਹਾਨੂੰ ਖਾਲਸ ਬਣਨ ਲਈ ਆਪ ਕੁਛ ਨਹੀਂ ਕਰਨਾ ਪਊਗਾ, ਮਹਾਰਾਜ ਪ੍ਰਗਟ ਕਰਕੇ ਦਿਖਾਣਗੇ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਤੁਸੀਂ ਗੁਰੂ ਦੀ ਧੀ ਬਣ ਗਏ ਹੋ। ਔਰ ਵਾਹਿਗੁਰੂ ਜੀ ਇਹ ਚੀਜ਼ ਇੱਕ ਸਾਲ ਰਹਿਤ ਮਰਿਆਦਾ ਵਿੱਚ ਆਪ ਜੀ ਰਹੋ, ਠੀਕ ਹੈ ਵਾਹਿਗੁਰੂ ਜੀ। ਅੱਠੋ ਪੈਰ ਆਪ ਜੀ ਦੇ ਗੁਰੂ ਦੇ ਹੱਟ ਵਿੱਚ ਇਹ ਜਿਹੜਾ ਸਾਨੂੰ ਜ਼ਬਾਨ ਦਿੱਤੀ ਹੋਈ ਹੈ, ਠੀਕ ਹੈ ਵਾਹਿਗੁਰੂ ਜੀ, ਇਸ ਵਿੱਚ ਸਿਰਫ ਵਾਹਿਗੁਰੂ ਇਹ ਹੀ ਚੱਲਦਾ ਰਹਿਣਾ ਚਾਹੀਏ। ਜਦੋਂ ਵਾਹਿਗੁਰੂ ਜੀ ਤੁਸੀਂ ਫ੍ਰੀ ਹੋਏ ਬਾਣੀ ਪੜ੍ਹੋ, ਠੀਕ ਹੈ ਵਾਹਿਗੁਰੂ ਜੀ, ਫਿਰ ਜਾਪ ਕਰੋ, ਫਿਰ ਬਾਣੀ ਪੜ੍ਹੋ, ਫਿਰ ਜਾਪ ਵਿਚਾਰੋ ਕਿ ਗੁਰੂ ਸਾਹਿਬ ਜੀ ਕਿਆ ਕਹਿ ਰਿਹਾ, ਠੀਕ ਹੈ ਵਾਹਿਗੁਰੂ ਜੀ, ਫਿਰ ਅੰਦਰ ਉਹ ਸਭ ਕੁਛ ਪ੍ਰਗਟ ਹੋਊਗਾ ਵਾਹਿਗੁਰੂ। ਬਾਕੀ ਵਾਹਿਗੁਰੂ ਜੀ ਇਹ ਜੋ ਆਪ ਜੀ ਨੂੰ ਅਸੀਂ ਬੇਨਤੀਆਂ ਕੀਤੀਆਂ ਨੇ ਨਾ, ਇਹ ਗੁਰੂ ਸਾਹਿਬ ਦਾ ਹੁਕਮ ਹੈ, ਆਪ ਜੀ ਨੂੰ ਦੱਸਿਆ, ਅਸੀਂ ਨਹੀਂ ਕਹਿ ਰਹੇ ਆਪ ਜੀ ਨੂੰ ਕਰਨ ਲਈ, ਇਹ ਗੁਰੂ ਪਿਤਾ ਦਾ ਹੁਕਮ ਹੈ ਕਿ ਜਿਹੜਾ ਵੀ ਉਹਨਾਂ ਦੇ ਰਾਹ ਤੇ ਚੱਲੇਗਾ ਨਾ ਤਾਂ ਇਹ ਉਹਦੇ ਲਈ ਸਾਰੇ ਖਾਲਸੇ ਲਈ ਇੱਕੋ ਹੀ ਰਹਿਤ ਮਰਿਆਦਾ, ਤੇ ਆਪ ਜੀ ਉਹਦੇ ਤੇ ਚੱਲੋ। ਆਪਾਂ ਨੂੰ ਬਹੁਤ ਖੁਸ਼ੀ ਹੈ ਕਿ ਤੁਸੀਂ ਗੁਰੂ ਦੇ ਬਣਨਾ ਚਾਹੁੰਦੇ ਹੋ, ਗੁਰੂ ਅੱਗੇ ਅਰਦਾਸ ਕਰੋ ਕਿ ਮਹਾਰਾਜ ਉਸ ਦਰ 'ਤੇ ਤੁਹਾਨੂੰ ਪ੍ਰਵਾਨ ਕਰਨ, ਖਾਲਸੇ 'ਚ ਪ੍ਰਵਾਨ ਕਰਨ, ਆਪਣੀ ਧੀ ਜਿਹੜੀ ਹੈ ਮਹਾਰਾਜ ਤੁਹਾਨੂੰ ਜਦੋਂ ਬਣਾ ਦੇਣਗੇ ਬਾਣੇ ਦੇ ਵਿੱਚ ਸਜਾ ਦੇਣਗੇ, ਅਸੀਂ ਵੀ ਆਪ ਜੀ ਦੇ ਦਰਸ਼ਨ ਕਰਾਂਗੇ। ਹਾਂਜੀ, ਆਓ ਫਤਿਹ ਦੀ ਸਾਂਝ ਪਾਈਏ, ਫਿਰ ਅਗਲੀ ਵੀਡੀਓ ਵਿੱਚ ਆਪ ਜੀ ਨਾਲ ਵਿਚਾਰ ਸਾਂਝੇ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।